ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਾਕ ਵਿਦ ਟਰਨਾ ਮੈਂ ਹਾਂ ਮਨਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰੀਕ ਸਿੰਘ ਟਰਨਾ ਅਸੀਂ ਕਈ ਦਿਨਾਂ ਤੋਂ ਲਾਹੌਰ ਦੇ ਵਿੱਚ ਆ ਤੇ ਮੈਨੂੰ ਥੋੜਾ ਜਿਹਾ ਮੌਸਮ ਗੜਬੜ ਕਰ ਗਿਆ ਗਲਾ ਖਰਾਬ ਹੋ ਗਿਆ ਇੱਥੇ ਆ ਕੇ ਤੇ ਬਹੁਤ ਸਾਰੇ ਸਾਨੂੰ ਮਿਲਣ ਦੇ ਲਈ ਆ ਰਹੇ ਨੇ ਤੇ ਅੰਜੁਮ ਗਿੱਲ ਬਾਈ ਤੇ ਸਲਮਾਨ ਬਸਰਾ ਬਾਈ ਹੁਣੀ ਸਾਨੂੰ ਮਿਲਣ ਦੇ ਲਈ ਆਏ ਨੇ ਤੇ ਹੁਣ ਆਪਾਂ ਲਾਹੌਰ ਦੀ ਗੇੜੀ ਲਾਉਣ ਚੱਲੇ ਆ ਇਹਨਾਂ ਦੇ ਨਾਲ ਚੱਲਣਾ ਤੇ ਵੇਖਦੇ ਆ ਵੀ ਸਾਨੂੰ ਕੀ ਕੁਝ ਘਮਾਉਂਦੇ ਆ ਤੇ ਬਸ ਆ ਆਫੜਾ ਦੋ ਇਹਦੀ ਨਾਲ ਹੁਣ ਘਮਾ ਲਓ ਹਾਂਜੀ ਗਿੱਲ ਸਾਹਿਬ ਕਿਵੇਂ ਹੋ हाँ जी बिल्कुल ठीक ठाक ਤੁਸੀਂ ਮਿਲ ਪਏ ਹੋਰ ਵਧੀਆ ਹੋ ਮਿਹਰਬਾਨੀ ਤੁਸੀਂ ਸਾਨੂੰ ਪਹਿਲਾਂ ਤਾਂ ਮਿਲਣਾ ਹੈ ਬਸਰਾ ਸਾਹਿਬ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਤੁਸੀਂ ਤਾਂ ਸਾਡਾ ਸਵਾਗਤ ਕਰ ਰਹੇ ਅਸੀਂ ਤੁਹਾਡਾ ਸਵਾਗਤ ਕਰਨ ਆਏ ਆ ਸਾਨੂੰ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਤੁਸੀਂ ਆਇਓ ਜੀ ਆਇਆਂ ਨੂੰ ਸਭ ਬਿਸਮਿਲਲਾ ਅਸੀਂ ਤੁਹਾਨੂੰ ਲਾਹੌਰ ਦੀ ਸੈਰ ਕਰਾਵਾਂਗੇ ਠੀਕ ਠਾਕ ਤੁਹਾਨੂੰ ਬੜੀਆਂ ਜਗ੍ਹਾ ਘੁਮਾਵਾਂਗੇ ਔਰ ਤੁਹਾਡਾ ਮੈਮੋਰੇਬਲ ਟ੍ਰਿਪ ਜਿਹੜਾ ਇਹ ਤੁਹਾਨੂੰ ਸਾਲਾਂ ਤੱਕ ਯਾਦ ਰਹੇਗਾ ਇਹ ਲਾਹੌਰ ਆ ਕੇ ਤੁਹਾਨੂੰ ਐ ਲੱਗਦਾ ਜਿਵੇਂ ਵਿਆਹ ਵਾਲਾ ਮਾਹੌਲ ਬਣਿਆ ਪਿਆ ਕਿਉਂਕਿ ਕੋਈ ਨਾ ਕੋਈ ਮਿਲਣ ਤੁਰਿਆ ਤੇ ਰੌਣਕਾਂ ਲੱਗੀਆਂ ਬਸ ਜਿੱਥੇ ਮਤਲਬ ਰੌਣਕ ਲੱਗੀ ਹੈ ਜਦੋਂ ਆ ਰੌਣਕ ਲੱਗੀ ਹੈ ਪੂਰੀ ਤੇ ਕਿਵੇਂ ਦਾ ਰਿਹਾ ਸਫ਼ਰ ਬਹੁਤ ਵਧੀਆ ਅੱਛਾ ਹਾਂਜੀ ਮੈਂ ਘੱਟ ਬੋਲੂੰਗਾ ਮੇਰੀ ਆਵਾਜ਼ ਨਾ ਪਾਟਵੀਂ ਜੀ ਹੋਈ ਪਈ ਹੈ ਨਹੀਂ ਤੇ ਪਹਿਲੇ ਵੀ ਤੁਸੀਂ ਘੱਟ ਹੀ ਬੋਲਦੇ ਹੋ ਚੈਨਲ ਤੇ ਭਰਜਾਈ ਖਿੱਚੀ ਫਿਰਦੀ ਇਹ ਕੱਟਣੀ ਨਹੀਂ ਕੀ ਗੱਲ ਵਿੱਚ ਲਾਉਣੀ ਨਹੀਂ ਘੱਟਦੇ ਨਹੀਂ ਘੱਟਦੇ ਨਹੀਂ ਘੱਟਦੇ ਨਹੀਂ ਅਸੀਂ ਦੋਨੋਂ ਪੂਰਾ ਸਹਿਯੋਗ ਇਹ ਤਾਂ ਬਹਾਨਾ ਮਾਰਦੇ ਨੇ ਇੱਥੇ ਆਣ ਕੇ ਕਿ ਮੈਂ ਘੱਟ ਬੋਲਦਾ ਇਹ ਸਾਡਾ ਟੀਮ ਵਰਕ ਆ ਯਾਰ ਟੀਮ ਵਰਕ ਦੇ ਨਾਲ ਕਰਦੇ ਆ ਅੱਜ ਚੱਲਦੇ ਆਪਾਂ ਹੁਣ ਬਸ ਹਾਂਜੀ ਹਾਂਜੀ ਆਜੋ ਆਜੋ ਨੇ ਰਾਜਾ ਹੁਣ ਆਪਾਂ ਸ਼ਹਿਰ ਦੀ ਰੌਣਕਾਂ ਖਾਣੇ ਆ ਚਲੋ ਚਲੋ ਰੌਣਕ ਮੇਲਾ ਵੇਖਦੇ ਆ ਲੈ ਲਿਆ ਇਹਨਾਂ ਨੂੰ ਹੋਟਲ ਤੋਂ ਚੱਲਦੇ ਆ ਰਾਣੂ ਤੇ ਭਰਜਾਈ ਜੀ ਨਿਕਲ ਪਏ ਆਪਾਂ ਹੋਟਲ ਤੋਂ ਤੇ ਨਾਲ ਹੀ ਬਹੁਤ ਸੋਹਣੇ ਸੋਹਣੇ ਵਿਜੂ ਲਾਉਣ ਲੱਪੇ ਬਾਈ ਇਹ ਸਾਰਾ ਏਰੀਆ ਵੱਜਦਾ ਕਿਹੜਾ ਗੁਲਬਰਗ ਹੀ ਹੈ ਗੁਲਬਰਗ ਅੱਛਾ ਇਹ ਗੁਲਬਰਗ ਦਾ ਏਰੀਆ ਵੱਜਦਾ ਠੀਕ ਹੈ ਜੀ ਬਹੁਤ ਸੋਹਣਾ ਲਾਹੌਰ ਹੈ ਤੁਹਾਡਾ ਲਾਹੌਰ ਤਾਂ ਹੈ ਹੀ ਦੁਨੀਆ ਤੇ ਇੱਕੋ ਆ ਭਾਜੀ ਸਹੀ ਗੱਲ ਹੈ ਇੱਕੋ ਹੀ ਲਾਹੌਰ ਹੈ ਨਹੀਂ ਕਹਿੰਦੇ ਨੇ ਐਵੇਂ ਨਹੀਂ ਕਿ ਸਕਿਆ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਜੰਮਿਆ ਹੀ ਨਹੀਂ ਤੇ ਆਪਾਂ ਹੁਣ ਜੰਮ ਪਏ ਆ ਵੈਸੇ ਵੀ ਮੇਰਾ ਬਰਥ ਅਪ੍ਰੈਲ ਦਾ ਹੀ ਹੈ ਚਲੋ ਉਦੋਂ ਵੀ ਅਪ੍ਰੈਲ ਚ ਜੰਮੀ ਸੀ ਤੇ ਹੁਣ ਲਾਹੌਰ ਆ ਕੇ ਫਿਰ ਅਪ੍ਰੈਲ ਚ ਜੰਮ ਗਏ ਆ ਅਸੀਂ ਜਾ ਰਹੇ ਹਾਂ ਗੁਲਬਰਗ ਤੋਂ ਮਾਰ ਰੋਡ ਤੇ ਮੋਨੀ ਪਾਸੇ ਵੱਡੀਆਂ ਵੱਡੀਆਂ ਬਿਲਡਿੰਗਸ ਨੇ ਇਹਦੇ ਵਿੱਚ ਕੁਝ ਤਾਂ ਮੈਨੂੰ ਲੱਗਦਾ ਮਾਲ ਹੋਣੇ ਆ ਸਾਰੇ ਸ਼ਾਪਿੰਗ ਮਾਲ ਹੀ ਨੇ ਸਾਰੇ ਸ਼ਾਪਿੰਗ ਮਾਲ ਹੋਟਲ ਨੇ ਰੈਸਟੋਰੈਂਟ ਨੇ ਆ ਸਕਰੀਨਾਂ ਵਾਲਾ ਕੰਮ ਬਹੁਤ ਘੈਂਟ ਲੱਗਾ ਇੱਥੇ ਆਪਾਂ ਨੂੰ ਐਡਵਰਟਾਈਜ਼ਿੰਗ ਵਾਲੀਆਂ ਸਕਰੀਨਾਂ ਹਾਂ ਐਡਵਰਟਾਈਜ਼ਿੰਗ ਵਾਲੀਆਂ ਇਹ ਤਾਂ ਵਧੀਆ ਹੈ ਪੋਸਟਰ ਤਾਂ ਰੋਜ਼ ਹੀ ਪਾਟੇ ਰਹਿੰਦੇ ਨੇ ਇਸ ਲਈ ਉਹਨਾਂ ਨੇ ਪੱਕਾ ਹੀ ਕੰਮ ਕਰਤਾ ਜਿੰਦੀ ਐਡ ਚਲਾਉਣੀ ਆ ਆਪਣਾ ਚਲਾ ਲਈ ਸਹੀ ਆ ਆ ਇਧਰਲੇ ਪਾਸੇ ਕੀ ਆ ਹੈਲਪ ਇਹ ਵੀ ਮਾਰਕੀਟ ਹੈ ਸੈਂਟਰ ਮੇਨ ਮਾਰਕੀਟ ਇਹਨੂੰ ਕਹੀਦਾ ਗੁਲਬਰਗ ਮੇਨ ਯਾਰ ਮੈਨੂੰ ਦਵਾਈ ਦਵੂਈ ਲਾ ਦੋ ਆ ਮੈਡੀਕਲ ਸੈਂਟਰ ਤੋਂ ਮੇਰਾ ਗਲਾ ਸੈੱਟ ਹੋ ਜਾਊਗਾ ਅੱਛਾ ਕਿਸੇ ਸਟੋਰ ਤੇ ਰੋਕੋ ਜੀ ਲੈ ਜਾਂਦੇ ਆ ਭਾਈ ਲੈ ਕੇ ਦਈਏ ਗਲਾ ਸੈੱਟ ਕਰਨਾ ਹੀ ਬਹੁਤ ਜ਼ਰੂਰੀ ਆ ਇਹ ਲੈਫਟ ਸਾਈਡ ਦੇ ਉੱਤੇ ਜਿਹੜਾ ਹੁਣ ਤੁਹਾਡੇ ਆ ਪਲਾਜ਼ਾ ਆ ਰਿਹਾ ਦਾ ਨਾਮ ਹੈ ਓਰੀਗਾ ਸੈਂਟਰ ਅੱਛਾ ਇਹ ਲੈਫਟ ਸਾਈਡ ਦੇ ਉੱਤੇ ਇਹ ਪੁਰਾਣਾ ਓਰੀਗਾ ਸੈਂਟਰ ਹੈ ਅੱਛਾ ਇਹ ਨਵਾਂ ਓਰੀਗਾ ਸੈਂਟਰ ਇਹਦੀ ਖਾਸ ਗੱਲ ਸਭ ਤੋਂ ਜ਼ਿਆਦਾ ਇਹ ਵੇ ਕਿ ਬੀਬੀਆਂ ਦੇ ਜਿਹੜੇ ਨੇ ਫੀਮੇਲਸ ਦੇ ਵੱਧ ਤੋਂ ਵੱਧ ਜਿਹੜੇ ਘੈਂਟ ਸੂਟ ਨੇ ਇੱਥੋਂ ਮਿਲ ਸਕਦੇ ਨੇ ਮੈਂ ਹੁਣੇ ਵਿਆਹਾਂ ਸ਼ਾਦੀਆਂ ਦੇ ਬਰਥਡੇਸ ਤੇ ਜਿੰਨੇ ਫੈਂਸੀ ਸੂਟ ਨੇ ਬਿਹਤਰੀਨ ਤੋਂ ਬਿਹਤਰੀਨ ਇੱਥੋਂ ਮਿਲ ਜਾਂਦਾ ਮੇਰੇ ਹੁਣੇ ਦਿਮਾਗ ਤੇ ਹੀ ਐਸੇ ਕਿ ਤੁਹਾਨੂੰ ਪੁੱਛਦੀ ਆ ਕਿਉਂਕਿ ਕੱਲ ਆਪਾਂ ਅਨਾਰਕਲੀ ਬਾਜ਼ਾਰ ਤੇ ਗਏ ਸੀ ਉੱਥੇ ਕੁਝ ਖਾਸ ਨਹੀਂ ਲੱਭਾ ਹਲੇ ਨਹੀਂ ਓਰੀਗਾ ਦੇ ਵਿੱਚ ਸਭ ਤੋਂ ਬੈਸਟ ਜਿਹੜੇ ਹੈ ਨੇ ਡਰੈਸ ਉਹ ਇੱਥੋਂ ਮਿਲਦੇ ਨੇ ਇੱਥੋਂ ਵੀ ਮਿਲ ਜਾਂਦੇ ਨੇ ਫਿਰ ਮਾਲ ਤੋਂ ਜਿਹੜੇ ਮੋਸਟਲੀ ਜਿਹੜੇ ਲੋਕ ਇੱਥੇ ਸਾਡੇ ਸ਼ਾਦੀਆਂ ਵਿਆਹਾਂ ਦੇ ਉੱਤੇ ਸ਼ਾਪਿੰਗ ਕਰਦੇ ਨੇ ਉਹ ਇੱਥੇ ਆ ਜਾਂਦੇ ਨੇ ਕਿਉਂਕਿ ਇੱਥੇ ਬਲਕ ਕੁਆਂਟੀਟੀ ਇਹਨਾਂ ਨੂੰ ਨਾ ਫੈਂਸੀ ਫੂਸੀ ਜਿਹਾ ਨਹੀਂ ਚਾਹੀਦਾ ਨਾਰਮਲ ਜਿਹਾ ਚਾਹੀਦਾ ਆਪਾਂ ਨੂੰ ਪਾਕਿਸਤਾਨੀ ਜਿਹੜਾ ਇੱਥੋਂ ਦਾ ਟ੍ਰੈਡੀਸ਼ਨਲ ਆ ਨਾ ਉਹ ਚਾਹੀਦਾ ਆ ਟ੍ਰੈਡੀਸ਼ਨਲ ਇੱਥੇ ਉਹੀ ਫੈਂਸੀ ਚੱਲਦੇ ਜਿਹੜੇ ਆਪਣੇ ਤੁਹਾਡੇ ਉੱਧਰ ਚੱਲਦੇ ਨੇ ਇੱਥੇ ਵੀ ਉਹੀ ਚੱਲਦੇ ਨੇ ਇੱਧਰ ਦੇਖੋ ਬਾਹਰ ਕਿੰਨੀਆਂ ਸੋਹਣੀਆਂ ਲਾਈਟਾਂ ਲੱਗੀਆਂ ਪਹਿਲੇ ਤੇ ਭਾਈ ਹੋਰਾਂ ਨਾਲ ਗੱਲਾਂ ਸੁਣਾ ਸੈੱਟ ਕਰਾਈਏ ਕਿਉਂਕਿ ਇਹਨਾਂ ਕੋ ਆਪਾਂ ਕੋ ਗਾਣੇ ਵੀ ਸੁਣਨੇ ਨੇ ਆਏ ਹਾਏ ਹਾਏ ਮੈਂ ਖਾਨ ਸਾਹਿਬ ਆ ਇਸ ਤਰ੍ਹਾਂ ਜਿਹੜਾ ਕੰਮ ਨਹੀਂ ਚੱਲਣਾ ਮੈਂ ਖਾਨ ਸਾਹਿਬ ਥੋੜੀ ਆ ਲਓ ਜੀ ਅੱਜ ਟਾਈਮ ਅਸੀਂ ਜੇ ਰੋਡ ਤੇ ਆ ਤੇ ਮਾਰ ਰੋਡ ਨੂੰ ਜਾ ਰਹੇ ਹਾਂ ਸਾਡੇ ਰਾਈਟ ਸਾਈਡ ਦੇ ਉੱਤੇ ਜਿਹੜਾ ਇਸ ਟਾਈਮ ਗੋਰਾ ਕਬਰਸਤਾਨ ਹੈ ਬੜਾ ਫੇਮਸ ਇੱਕ ਜਿਹੜਾ ਅੰਗਰੇਜ਼ ਦੌਰ ਦੇ ਵਿੱਚ ਪ੍ਰੀ ਪਾਰਟੀਸ਼ਨ ਇੱਥੇ ਕਬਰਸਤਾਨ ਸੀ ਬੜੇ ਬੜੇ ਨਾਮੀ ਗ੍ਰਾਮੀ ਜਿਹੜੇ ਲੋਕ ਹੋਏ ਨੇ ਉਹਨਾਂ ਦੀਆਂ ਕਬਰਾਂ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਸ਼ਹਜ਼ਾਦੀ ਬੰਬਾ ਦੀ ਜਿਹੜੀ ਗ੍ਰੇਵ ਹੈ ਉਹ ਵੀ ਲਾਸਟ ਪ੍ਰਿੰਸੈਸ ਬੰਬਾ ਜਿਹੜੀ ਉਹਦੀ ਗ੍ਰੇਵ ਵੀ ਇਸੇ ਹੀ ਕਬਰਸਤਾਨ ਦੇ ਵਿੱਚ ਹੈ ਬਟ ਇਸ ਟਾਈਮ ਅਸੀਂ ਤੁਹਾਨੂੰ ਹੁਣ ਵਿਜ਼ਿਟ ਨਹੀਂ ਕਰਾ ਸਕਦੇ ਕਿਉਂਕਿ ਦਿਨ ਵੇਲੇ ਜਾਵਾਂਗੇ ਰਾਤ ਦਾ ਟਾਈਮ ਹੈ ਸਵੇਰ ਅਸੀਂ ਤੁਹਾਨੂੰ ਇਹ ਵੀ ਵਿਜ਼ਿਟ ਕਰਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਹੀ ਹੈ ਜੀ ਇਹ ਜਿੰਨੀ ਕੁ ਜਿਹੜੀ ਜ਼ਿੰਮੇਵਾਰੀ ਮੈਂ ਸੰਭਾਲਦਾ ਹੁਣਾਂ ਨਾ ਵੀਡੀਓ 'ਚ ਬੋਲਣ ਦੀ ਅੱਜ ਇਹ ਦੋਨੋਂ ਵੀਰ ਬਸਰਾ ਸਾਹਿਬ ਤੇ ਗਿੱਲ ਸਾਹਿਬ ਦੋਨੋਂ ਸਾਂਭਣਗੇ ਇਹ ਵੱਧ ਬੋਲਣਗੇ ਮੈਂ ਥੋੜਾ ਥੋੜਾ ਸਾਥ ਦੇਵਾਂਗੀ ਕਿਉਂਕਿ ਇਹਨਾਂ ਦੇ ਮੁਲਕ ਚ ਆਏ ਤੇ ਇਹਨਾਂ ਨੂੰ ਵੱਧ ਮੌਕਾ ਦੇਣਾ ਨਹੀਂ ਸਾਡਾ ਨਹੀਂ ਤੁਹਾਡਾ ਬਹੁਤ ਹੈ ਮੁਲਕ ਤੁਹਾਡਾ ਵੀ ਮੁਲਕ ਹੈ ਇਹ ਸਾਡਾ ਤੁਹਾਡਾ ਤਾਂ ਨਹੀਂ ਚਾਹੀਦਾ ਇਹ ਸਾਂਝਾ ਆ ਸਾਂਝਾ ਆ ਸਾਂਝਾ ਆ ਤੁਸੀਂ ਸਾਡੇ ਮਹਿਮਾਨ ਹੋ ਇੱਥੇ ਇਹਨੂੰ ਆਪਣਾ ਹੀ ਮੁਲਕ ਸਮਝੋ ਤੁਸੀਂ ਬਿਲਕੁਲ ਨਾ ਸਮਝੋਗੇ ਨਹੀਂ ਸਾਨੂੰ ਬਿਲਕੁਲ ਫੀਲ ਨਹੀਂ ਹੋਇਆ ਵੈਸੇ ਮੈਂ ਕਿਹਾ ਕਿ ਫੀਲ ਬਿਲਕੁਲ ਵੀ ਨਹੀਂ ਹੋਇਆ ਇਹ ਜੇ
ਜੇਲ੍ਹ ਆਉਂਦੀ ਹੈ ਜਿਹਦੇ ਕੈਂਪ ਜੇਲ੍ਹ ਲਾਹੌਰ ਜਿਹਨੂੰ ਕਿਹਾ ਜਾਂਦਾ ਸੀ ਜਿੱਥੇ ਸ਼ਹੀਦ ਭਗਤ ਸਿੰਘ ਨੂੰ ਜਿੱਥੇ ਕੈਦ ਰੱਖਿਆ ਗਿਆ ਸੀ ਇਸੇ ਰੋਡ ਦੇ ਇਹ ਜੇਲ੍ਹ ਦੀ ਵਜ੍ਹਾ ਤੋਂ ਹੀ ਇਹਦਾ ਨਾਂ ਜੇਲ੍ਹ ਰੋਡ ਕਹਿਲਾਇਆ ਜਾਂਦਾ ਔਰ ਇੱਥੇ ਹੀ ਅੱਗੇ ਇੱਕ ਪਲੇਸ ਆਉਂਦੀ ਹੈ ਸ਼ਾਦਮਾਨ ਚੌਕ ਜਿਹਨੂੰ ਅਸੀਂ ਕਿਹਾ ਜਾ ਕਹਿੰਦੇ ਹਾਂ ਉੱਥੇ ਸ਼ਹੀਦ ਭਗਤ ਸਿੰਘ ਅਤੇ ਨਾਲ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਵੀ ਦਿੱਤੀ ਗਈ ਸੀ ਅਸੀਂ ਤੁਹਾਨੂੰ ਉਹ ਚੌਕ ਵੀ ਜਿਹੜਾ ਵੀ ਹੋਣੀ ਉਹਦੀ ਵੀ ਸੈਰ ਕਰਾਉਂਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਉਹਦੇ ਵਾਸਤੇ ਜਿਹੜੇ ਸਾਡੇ ਕੋਈ ਆਜ਼ਾਦੀ ਦੇ ਜਿਹੜੇ ਕਾਫੀ ਜਿਹੜੇ ਲੋਕ ਜਿਹੜੇ ਆਜ਼ਾਦੀ ਦੇ ਵਿੱਚ ਸ਼ਿਰਕਤ ਕਰਦੇ ਰਹੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਅੱਜ ਵੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਦਮਾਨ ਚੌਕ ਦਾ ਨਾਮ ਜਿਹੜਾ ਉਹਨੂੰ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਏ ਬਟ ਕਾਫੀ ਕੁਝ ਮਜਬੂਰੀਆਂ ਕੁਝ ਸਰਕਾਰਾਂ ਦੀਆਂ ਮਜਬੂਰੀਆਂ ਦੀ ਵਜ੍ਹਾ ਤੋਂ ਇਹ ਜਿਹੜਾ ਕੰਮ ਅੱਜ ਤੱਕ ਹੋ ਨਹੀਂ ਸਕਿਆ ਤੇ ਅਜੇ ਤੱਕ ਇਹ ਕੰਮ ਸਾਰਾ ਪੈਂਡਿੰਗ ਚੱਲਿਆ ਆ ਰਿਹਾ ਲੇਕਿਨ ਐਫਰਟਸ ਜਿਹੜੀਆਂ ਨੇ ਉਹ ਜਾਰੀ ਨੇ ਮਤਲਬ ਕੋਸ਼ਿਸ਼ਾਂ ਚਾਹੀਦੀਆਂ ਨੇ ਹਾਂ ਇਹ ਕਨਾਰ ਰੋਡ ਆ ਦੋ ਸਾਡਾ ਨਹਿਰ ਦੇ ਇਹ ਨਹਿਰ ਜਿਹੜੀ ਆ ਲਾਹੌਰ ਦੇ ਸੈਂਟਰ ਚੋਂ ਲੰਘਦੀ ਹੈ ਜੀ ਜੀ ਇਹ ਨਹਿਰ ਦਾ ਪੁਲ ਅਸੀਂ ਹੁਣ ਕ੍ਰਾਸ ਕਰ ਗਏ ਆ ਬਾਈ ਅੱਛਾ ਤੇ ਹੁਣ ਅਸੀਂ ਦੁਬਾਰਾ ਵਾਪਸੀ ਅਗਰ ਆਵਾਂਗੇ ਤੇ ਫਿਰ ਤੁਹਾਨੂੰ ਨਹਿਰ ਦੀ ਸੈਰ ਬਾਅਦ ਚ ਥੋੜੀ ਦੇਰ ਠਹਿਰ ਕੇ ਕਰਵਾਵਾਂਗੇ ਇਹ ਲਾਹੌਰ ਸ਼ਹਿਰ ਦੇ ਅੰਦਰ ਬੀਆਰਬੀ ਨਹਿਰ ਇਹਨੂੰ ਕਿਹਾ ਜਾਂਦਾ ਹੈ ਜੀ ਇਹ ਬੀਆਰਬੀ ਨਹਿਰ ਸ਼ਹਿਰ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਲੰਘਦੀ ਹੈ ਜਿਹਦੇ ਦੋਵਾਂ ਪਾਸੇ ਲਾਹੌਰ ਸ਼ਹਿਰ ਜਿਹੜਾ ਬਾਅਦ ਕਦੀ ਇੱਕ ਸਾਈਡ ਤੇ ਪੁਰਾਣਾ ਸ਼ਹਿਰ ਹੁੰਦਾ ਸੀ ਦੂਜੀ ਸਾਈਡ ਤੇ ਨਵਾਂ ਸ਼ਹਿਰ ਹੁੰਦਾ ਸੀ ਲੇਕਿਨ ਹੁਣ ਤੇ ਬੜੀ ਦੂਰ ਤੱਕ ਜਿਹੜਾ ਵੇ ਲਾਹੌਰ ਚਲਾ ਗਿਆ ਜਿਸ ਤਰ੍ਹਾਂ ਮਸਰਾ ਸਾਹਿਬ ਗੱਲ ਕਰ ਰਹੇ ਨੇ ਜਿਹੜਾ ਚੌਕ ਭਗਤ ਸਿੰਘ ਦੀ ਉਹ ਜਿਹੜੀ ਜਗ੍ਹਾ ਤੇ ਚੌਕ ਬਣਿਆ ਉੱਥੇ ਪਹਿਲੇ ਫਾਂਸੀ ਘਾਟ ਹੁੰਦਾ ਸੀ ਜੀ ਸੋ ਉਸੇ ਹੀ ਚੌਕ ਦੇ ਵਿਚਕਾਰ ਜਿਹੜਾ ਗੋਲਦਾਰਾ ਜਿਹਾ ਬਣਿਆ ਉੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਉਸ ਜਗ੍ਹਾ ਤੇ ਸਹੀ ਜੀ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸਿਸ ਵੀ ਪੈਂਡਿੰਗ ਨੇ ਉਹਨਾਂ ਦੇ ਔਰ ਉਹ ਮੰਗ ਕਰ ਰਹੇ ਨੇ ਕਿ ਇਹਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਏ ਤੇ ਅਸੀਂ ਲਾਜ਼ਮੀ ਜਿਹੜਾ ਵੀ ਤੁਹਾਨੂੰ ਕੋਰਟ ਦੀ ਗੱਲ ਕੀਤੀ ਆ ਨਾ ਬਸਰਾ ਸਾਹਿਬ ਵਕੀਲ ਨੇ ਮੈਂ ਦੱਸ ਦਵਾਂ ਦੱਸਣਾ ਪਹਿਲਾਂ ਭੁੱਲ ਗਏ ਸੀ ਬਿਲਕੁਲ ਬਿਲਕੁਲ ਜੀ ਅੰਜਮ ਨੂੰ ਤਾਂ ਸਾਡੇ ਚੜ੍ਹਦੇ ਪੰਜਾਬ 'ਚ ਬਥੇਰੇ ਬੰਦੇ ਜਾਣਦੇ ਆ ਅੰਜਮ ਗਿੱਲ ਨੂੰ ਤਾਂ ਹੈ ਨਾ ਅੰਜਮ ਬਾਈ ਇਹ ਤਾਂ ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਪਤਾ ਜੀ ਪਤਾ ਸਾਨੂੰ ਵੀ ਤੁਹਾਡੇ ਚਰਚ ਆ ਸਾਡੇ ਵਾਲੇ ਪਾਸੇ ਪਾਕਿਸਤਾਨ ਦਾ ਸਭ ਤੋਂ ਵੱਡਾ ਜਿਹੜਾ ਹਾਰਟ ਦਾ ਜਿਹੜਾ ਹੈ ਉਹ ਇਹ ਹਸਪੀਟਲ ਹੈ ਜਿਹਦੇ ਵਿੱਚ ਬੜੇ ਬੜੇ ਕੰਪਲੀਕੇਟਡ ਜਿਹੜੇ ਆਪਰੇਸ਼ਨ ਨੇ ਔਰ ਸਰਜਰੀਜ਼ ਨੇ ਉਹ ਪਰਫਾਰਮ ਹੁੰਦੀਆਂ ਨੇ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਨਾ ਸਾਡੇ ਉਧਰ ਦਿਖਾਇਆ ਜਾਂਦਾ ਵੀ ਪਾਕਿਸਤਾਨ ਦਾ ਤਾਂ ਦਿਵਾਲਾ ਨਿਕਲਿਆ ਪਿਆ ਪਰ ਸਾਹਮਣੇ ਹਰ ਚੀਜ਼ ਕੋਈ ਲੁਕੀ ਛੁਪੀ ਚੀਜ਼ ਨਹੀਂ ਮਲਟੀਨੈਸ਼ਨਲ ਬ੍ਰਾਂਡ ਹਰੇਕ ਦੱਸੋ ਗਰੀਬ ਫੈਮਲੀਆਂ ਜਿਹੜੀਆਂ ਨੇ ਜਿਨ੍ਹਾਂ ਦੀ ਇਨਕਮ 60,000 ਰੁਪਏ ਤੋਂ ਘੱਟ ਏ ਪਰ ਐਨੂਅਲ ਉਹਨਾਂ ਲੋਕਾਂ ਵਾਸਤੇ ਸਰਕਾਰ ਨੇ ਇੱਕ ਮਹੀਨੇ ਦੇ ਵਿੱਚ 10-10 ਕੇਜੀ ਦੇ 3 ਬੈਗ ਜਿਹੜੇ ਨੇ ਫ੍ਰੀ ਕੀਤੇ ਨੇ ਉਹਦੀ ਵਜ੍ਹਾ ਤੋਂ ਲੋਕ ਜਿਹੜੇ ਨੇ ਗਰੀਬ ਲੋਕ ਨੇ ਉਹ ਜਦੋਂ ਜਿੱਥੇ ਕਲੈਕਸ਼ਨ ਪੁਆਇੰਟ ਨੇ ਉਹਦੇ ਆਟੇ ਦੇ ਉੱਥੇ ਜਾ ਕੇ ਉਹ ਬਦਮਜ਼ਗੀ ਕਰਦੇ ਨੇ ਅਦਰਵਾਈਜ਼ ਕੋਈ ਐਸੀ ਜਿਹੜੀ ਘਾਟ ਏ ਉਹ ਨਹੀਂ ਹੈ ਆਟਾ ਬਿਲਕੁਲ ਵਾਫਰ ਮਕਦਾਰ 'ਚ ਮੌਜੂਦ ਹੈ ਆਟੇ ਦੀ ਕੋਈ ਕਮੀ ਨਹੀਂ ਸਿਰਫ ਉਹ ਗਰੀਬ ਲੋਕ ਜਦੋਂ ਉੱਥੇ ਹੁੰਦੀ ਹੈ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਦੋਂ ਬਸ ਆਪਸ ਦੇ ਵਿੱਚ ਰਸ਼ ਪੈ ਜਾਂਦਾ ਮਹਿੰਗਾਈ ਜ਼ਰੂਰ ਹੋਈ ਹੈ ਇਹ ਮਹਿੰਗਾਈ ਨਹੀਂ ਹੋਈ ਮਹਿੰਗਾਈ ਜ਼ਰੂਰ ਹੋਈ ਹੈ ਤੇ ਸਾਰੀ ਤੇ ਹੋਈ ਹੈ ਪਰ ਸਾਨੂੰ ਅਸੀਂ ਜਦੋਂ ਨਾ ਆਪਦੇ ਵਾਲਾ ਲੋਕ ਜੀ ਰਹੇ ਨੇ ਆਪਦੇ ਵਾਲਾ ਰੁਪਈਆ ਇਧਰ ਸਿਰ ਵੱਢ ਕਰਕੇ ਨਹੀਂ ਹੋਣਾ ਲੋਕ ਫਿਰ ਵੀ ਖੁਸ਼ ਹੀ ਨੇ ਕੋਈ ਐਡਾ ਉਹ ਨਹੀਂ ਜਿੰਨਾ ਚਿਰ ਰੱਖੀ ਨਾ ਵੇਖਿਆ ਹੋਵੇ ਨਾ ਉਹਨਾਂ ਚਿਰ ਫਿਰ ਲੋ ਜੀ ਮੈਂ ਹੁਣ ਜ਼ਰਾ ਜੇਲ੍ਹ ਰੋਡ ਤੋਂ ਨਾ ਥੋੜਾ ਜਿਹਾ ਲੈਫਟ ਸਾਈਡ ਤੇ ਮੁੜ ਕੇ ਤੇ ਤੁਹਾਨੂੰ ਉਹ ਕੈਂਪ ਜੇਲ੍ਹ ਦੀ ਜਿਹੜੀ ਏ ਉਹ ਥੋੜੀ ਜਿਹੀ ਬਾਹਰੋਂ ਦਿਖਾਉਂਦੇ ਆ ਜਿੱਥੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਕੈਦ ਰੱਖਿਆ ਗਿਆ ਤੇ ਉਹ ਜੇਲ੍ਹ ਦੇ ਕੋਲੋਂ ਦੀ ਅਸੀਂ ਗੁਜ਼ਰ ਕੇ ਤੇ ਫਿਰ ਸ਼ਾਦਮਾਨ ਚੌਕ 'ਚ ਪਹੁੰਚਾਂਗੇ ਜਿੱਥੇ ਇਹ ਵੈਸੇ ਹੁਣ ਆ ਕਿਹੜਾ ਰੋਡ ਆ ਜੀ ਤੋਂ ਬਾਜ਼ਾਰ ਐ ਟਲਿੰਟਨ ਮਾਰਕੀਟ ਐਸ ਰੋਡ ਨੂੰ ਕਿਹਾ ਜਾਂਦਾ ਛੋਟਾ ਜਿਹਾ ਰੋਡ ਹੈ ਲਿੰਕ ਰੋਡ ਹੈ ਜੇਲ੍ਹ ਰੋਡ ਦਾ ਔਰ ਫਿਰੋਜ਼ਪੁਰ ਰੋਡ ਦੇ ਠੀਕ ਆ ਅਸੀਂ ਇਹ ਸਾਹਮਣੇ ਜਿਹੜਾ ਰੋਡ ਸਾਡੇ ਹੁਣ ਨਜ਼ਰ ਆ ਰਿਹਾ ਸਾਨੂੰ ਬਿਲਕੁਲ ਫਰੰਟ ਦੇ ਉੱਤੇ ਇਹ ਰੋਡ ਜਿਹੜਾ ਇਹਨੂੰ ਫਿਰੋਜ਼ਪੁਰ ਰੋਡ ਕਿਹਾ ਜਾਂਦਾ ਇਹ ਲਾਹੌਰੋਂ ਜਿਹੜਾ ਪੰਜਾਬ ਆਪਣਾ ਹੈ ਇੰਡੀਅਨ ਪੰਜਾਬ ਉਹਦਾ ਜਿਹੜਾ ਸ਼ਹਿਰ ਫਿਰੋਜ਼ਪੁਰ ਹੈ ਸਿੱਧਾ ਇਹ ਰੋਡ ਉਸ ਸ਼ਹਿਰ ਨੂੰ ਜਾਂਦਾ ਅੱਛਾ ਮਤਲਬ ਉਹਦੇ ਨਾਮ ਤੇ ਰੱਖਿਆ ਗਿਆ ਇਸੇ ਹੀ ਵਜ੍ਹਾ ਤੋਂ ਅੱਛਾ ਵਾਇਆ ਕਸੂਰ ਕਸੂਰ ਤੋਂ ਪੁਆਇੰਟ ਅੱਗੇ ਮਲਤਾ ਸੌਰੀ ਜਿਹੜਾ ਫਿਰੋਜ਼ਪੁਰ ਫੈਸਲਾਬਾਦ ਜੀ ਇਸ ਤੋਂ ਅੱਗੇ ਨਿਕਲ ਜਾਂਦਾ ਫਿਰ ਇਹ ਕੀ ਬਾਤ ਲਓ ਜੀ ਹੁਣ ਅਸੀਂ ਇਹ ਲੈਫਟ ਸਾਈਡ ਤੇ ਮੁੜ ਕੇ ਆ ਬਿਲਕੁਲ ਸਾਡੇ ਸਾਹਮਣੇ ਫਿਰੋਜ਼ਪੁਰ ਰੋਡ ਆ ਗਿਆ ਇਹ ਉਸ ਤੇ ਮੈਟਰੋ ਜਿਹੜੀ ਬੱਸ ਚੱਲਦੀ ਇੱਥੇ ਅੱਛਾ ਉਹਦਾ ਫਲਾਈਓਵਰ ਉਹਦਾ ਫਲਾਈਓਵਰ ਲਾਹੌਰ ਦੀ ਇੱਕ ਨੁੱਕਰ ਤੋਂ ਦੂਜੀ ਨੁੱਕਰ ਤੇ ਜਿਹੜਾ ਇਹਦੇ ਤੋਂ ਤੁਸੀਂ ਜਾ ਸਕਦੇ ਹੋ ਫਿਰੋਜ਼ਪੁਰ ਤੋਂ ਕਿੰਨੀ ਦੂਰ ਹੈ
मेन गेट आ रहा जी गिल साहब कोशिश करना अगर बोर्ड भी फोकस हो जाए डिस्ट्रिक्ट कैंप जेल लाहौर लेफ्ट साइड जी ए कैंप जेल इतने शहीदों रखा गया सी और बिफोर पार्टीशन और इतने ही जो उन्होंने फांसी दी गई सी हम असी जेल की बैक साइड से जा रहे हैं जेल की बैक साइड के उ फांसी घाट हूँ तो मौजूद नहीं है लेकिन उस टाइम हों जिदे उत्ते अजकल चौक बन गया और ना शादमान चौक सीधा रोड जो फिरोजपुर मतलब सीधे ही पहुँच सकते सही चौक बना दिता गया दर्शक छेती छेती दो जेल वेख रहे पहला काले पानी की जेल विखाई सी हुण असीं लाहौर दी जेल विखाई मिठे पानी दी सही है लाहौर दी डिस्ट्रिक्ट जेल हुंदी सी इह बिफोर पार्टीशन भी मौजूद सी अज भी मौजूद है अज भी इतने जरा वे कैदी जड़े ने बड़े जड़े ने हज़ार के नाल कैद ने अच्छा। हम दोस्तों तुसी बिल्कुल सामने तुसी देख रहे हो तुहानू येलो पॉइंट्स नज़र आ रहे हैं ये एग्जैक्ट वो जगह है जिथे फांसी घाट से और जिथे शहीद भगत सिंह तो साथियों को फांसी दी गई सी जो राउंड अबाउट है जी ये राउंड अबाउट इतने फांसी घाट हों राउंड अबाउट न शादमान चौक अजकल कहा जाता है प्रणाम पेश करदे ने लोग चौक नहीं फांसी घाट हुंदा सी जेल दा पार्ट सी लेकिन जदों जी उस तों बाद जदों पार्टीशन तों बाद फिर इंज होया ना कि जदों जेलां मुलक अलहदा अलहदा बन गए फिर जेल की जी बाउंड्री वाल करके शार्ट कर दिता गया फांसी घाट जरा फिर जेल तो बाहर निकल गया यह जरा वे चौक बन गया वजह तो फिर इन्होंने फांसी घाट खत्म कर दिता और यह जरा इस टाइम सोसायटी जी अराउंड सारे लोग ने इस सोसायटी का नाम शादमान कलोनी है उस ही रिलेशन की वजह तो इन जरा शादमान चौक कहा जाता है साढ़े हम सज्जे पास जी शादमान मार्केट है और लैफ्ट साइड के उ सारी ये जो कपड़े के बड़े अच्छे जड़े ने डीलर जे वे वे जेंट्स के जो फैब्रिक्स ने इतों जो मोस्टली बहुत आला क्वालिटी के मिलते हैं जी भी चीज़ अगर जेंट्स की लैनी है शादमान मार्केट के बेहतरीन तो बेहतरीन दुनिया का कपड़ा जरा ना वो तुम इतों अवेलेबल हो सकता है फूड पॉइंट्स भी ने रेस्टोरेंट्स भी ने बहुत ज़्यादा इतने क्योंकि बाहर के शहरों जो लोग लाहौर आके ठहरे ने वो इतने रेंगे ने वजह तो सब तो मशहूर बाजार तो जो अनारकली ही है अज भी जो कि बहुत पहले जो बिफोर पार्टीशन भी मशहूर हों अज भी वोरी जी मशहूरी है और अंदर जड़िया दुकाना ने अज भी प्री पार्टीशन के टाइम दौजूद ने वो रीज़न ये है कि साढ़े लाहौर शहर के एक वर्ल्ड सिटी अथॉरिटी गौरमेंट ने कायम की हुई है अनारकली दुकाना ने मार्केटा ने पुराने जमाने दी जड़ियां बिफोर पार्टीशन बनिया सी वास्ते गवर्नमेंट ने एक वर्ल्ड सिटी अथॉरिटी कायम की हुई है उस शहर की जी पुरानी जो लाहौर शहर वर्ल्ड सिटी हों जिदे शहर के दरवाजे होंगे सन दरवाजे के अंदर अंदर सिर्फ शहर से उस शहर की हदूद के अंदर कोई बिल्डिंग कोई बंदा उन्होंने ढा नहीं सकता उन्होंने कोई अमेंड नहीं कर सकता अगर किसी बंदे ने किसी की बिल्डिंग डिग भी पैंती है खस्ता हाल हों तो गवर्नमेंट को पहले प्रायर परमिशन लेनी पैंती है अच्छा, फिर वो रेनोवेशन भी नहीं कर सकता उसे कोई अपना मिस्त्री नहीं ला सकता कुछ नहीं कर सकता जी सामभ के रखने वास्ते हिस्ट्री नूं प्रिजर्व करने वास्ते ये गवर्नमेंट ने एक अथॉरिटी बनाई हुई आप अब देख भी रहे हैं बहुत सारियां पुरानियां बिल्डिंग्स हैं हुण साडे लेफ्ट साइड दे उत्ते बागे जनाह चल रहा जी अच्छा। इनू बागे जनाह कहिंदे ने ये मोहम्मद अली जनाह साहब जिहड़े ने उन्हां दे नाम दे उत्ते बणिया ये साडे लेफ्ट साइड दे उत्ते इस टाइम चल रहा और लारेंस गार्डन लारेंस गार्डन और बागे जनाह इहदे दो ही नाम चलदे ने पहले दा नाम लारेंस गार्डन हुंदा सी ये किसी अंग्रेज कोई लारेंस दे नाम दे सी बड़ियां लाइटां लगियां इधर इस साइड के उत्ते एक शादी हाल बने ने जी मार्कियां जड़ियां जिन्हों तुसी मैरिज पैलेस कहिंदे हो
ਇਹ ਦੋ ਤਿੰਨ ਮੈਰਿਜ ਪੈਲੇਸ ਸਾਡੇ ਰਾਈਟ ਸਾਈਡ ਤੇ ਗੁਜ਼ਰੇ ਨੇ ਲਾਹੌਰ ਨਾ ਸਾਨੂੰ ਦਿੱਲੀ ਲਾਰਸ ਗਾਰਡਨ ਜਿਹੜਾ ਨਾ ਇਹ ਬਾਗੇ ਜਨਾਹ ਜੀ ਨੂੰ ਕਹਿੰਦੇ ਨੇ ਇਹ ਲਾਹੌਰ ਦੀ ਸਭ ਤੋਂ ਮੇਰਾ ਖਿਆਲ ਪਹਿਲੀ ਪਾਰਕ ਹੈ ਉਹਨਾਂ ਦੇ ਵਿੱਚ ਇਹਨਾਂ ਸ਼ੁਮਾਰ ਹੁੰਦਾ ਜੀ ਇਹਦਾ ਨਾਮ ਪਹਿਲੇ ਲਾਰੈਂਸ ਗਾਰਡਨ ਲਾਰਸ ਗਾਰਡਨ ਸੀ ਗੋਰੇ ਨੇ ਇਹਨੂੰ ਡਿਵੈਲਪ ਕੀਤਾ ਸੀ ਜੀ ਜੀ ਕਿੰਨੇ ਬਣਾਇਆ 100 ਤੋਂ ਉੱਪਰ ਏਕੜ ਨੇ ਇਹਨੇ ਔਰ ਦੁਨੀਆ ਦੇ ਸਾਰੇ ਦਰਖਤ ਜਿਹੜੇ ਨੇ ਉਹ ਇਸ ਜਗ੍ਹਾ ਤੇ ਉਸ ਟਾਈਮ ਦੇ ਪੁਰਾਣੇ ਨੇ ਉਹ ਲਿਆ ਕੇ ਇੱਥੇ ਲਾਏ ਨੇ ਇੱਥੇ ਸਾਹਮਣੇ ਸਿਗਨਲ ਤੇ ਜਾ ਰਹੇ ਹਾਂ ਜੀ ਇਹ ਸਿਗਨਲ ਚੌਕ ਆ ਗਿਆ ਗਵਰਨਰ ਹਾਊਸ ਇਹਨੂੰ ਕਹਿੰਦੇ ਨੇ ਇਹ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਇੰਡੀਆ ਪਾਕਿਸਤਾਨ ਇਕੱਠਾ ਹੁੰਦਾ ਸੀ ਜਿਹੜਾ ਲਾਹੌਰ ਦਾ ਗਵਰਨਰ ਸੀ ਉਹ ਇਸ ਬਿਲਡਿੰਗ 'ਚ ਬੈਠਦਾ ਹੁੰਦਾ ਸੀ ਇਹ ਗੋਰੇ ਨਹੀਂ ਬਣਾਇਆ ਸੀ ਇਹ ਬਿਲਕੁਲ ਸਾਹਮਣੇ ਸਾਡੇ ਇਸ ਟਾਈਮ ਗੇਟ ਹੈ ਇਹ ਬੈਰੀਅਰ ਜ਼ਰਾ ਲੱਗੇ ਨੇ ਰਸਤਾ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਸਿੱਧੇ ਨਹੀਂ ਜਾ ਸਕਦੇ ਮਜਬੂਰਨ ਸਾਨੂੰ ਲੈਫਟ ਸਾਈਡ ਟਰਨ ਲੈਣਾ ਪੈ ਰਿਹਾ ਲੇਕਿਨ ਸਾਹਮਣੇ ਮਾਰ ਰੋਡ ਤੇ ਬੋਰਡ ਲੱਗਾ ਗਵਰਨਰ ਹਾਊਸ ਦਾ ਗਵਰਨਰ ਹਾਊਸ ਦਾ ਬੋਰਡ ਵੀ ਤੁਸੀਂ ਦੇਖ ਸਕਦੇ ਹੋ ਮਾਰ ਰੋਡ ਤੇ ਰਾਈਟ ਸਾਈਡ ਦੇ ਉੱਤੇ ਸਾਡਾ ਗਵਰਨਰ ਹਾਊਸ ਹੈ ਔਰ ਇਹ ਵੀ ਬਿਫੋਰ ਪਾਰਟੀਸ਼ਨ ਹੈ ਇਹ ਅੱਜ ਵੀ ਕਾਇਮ ਹੈ ਅੱਜ ਹੁਣ ਜਿਹੜਾ ਮੌਜੂਦਾ ਸਾਡੇ ਇਸ ਪੰਜਾਬ ਦਾ ਗਵਰਨਰ ਹੈ ਉਹ ਇੱਥੇ ਬੈਠਦਾ ਜੀ ਆ ਸ਼ਿੰਗਾਰਿਆ ਬੜਾਇਆ ਨਾ ਐ ਸੀ ਜੀ ਹੁਣ ਲਾਹੌਰ ਦੇ ਸਭ ਤੋਂ ਜਿਹੜਾ ਹਾਰਟ ਕਹਿ ਸਕਦੇ ਆ ਜਿਹੜਾ ਰੋਡ ਦਿਲ ਮਾਲ ਰੋਡ ਲਾਹੌਰ ਐ ਸੀ ਹੁਣ ਮਾਲ ਰੋਡ ਲਾਹੌਰ ਈਦ ਕਰਕੇ ਸਜਾਇਆ ਹੋਇਆ ਜੀ ਵੈਸੇ ਹੀ ਕਿਉਂਕਿ ਜਿਹੜੇ ਜਿੰਨੇ ਵੀ ਲੋਕ ਬਾਹਰੋਂ ਆਉਂਦੇ ਨੇ ਸਾਡੇ ਗੈਸਟ ਆਉਂਦੇ ਨੇ ਇੱਥੇ ਲੋਕਾਂ ਦੇ ਉਹ ਸਾਰੇ ਜਿਹੜੇ 5 ਸਟਾਰ ਰਹਿ ਹੋਟਲਸ ਨੇ ਉਹ ਵੀ ਇਸ ਰੋਡ ਦੇ ਉੱਤੇ ਮੌਜੂਦ ਨੇ ਔਰ ਲੋਕ ਸ਼ਹਿਰ ਦੇ ਉਸ ਤੋਂ ਹਟ ਕੇ ਬਸਰਾ ਸਾਹਿਬ ਤੇ ਆਪਣਾ ਇਹਨਾਂ ਦਾ ਉਸ ਤੋਂ ਹਟ ਕੇ ਵੀ ਆ ਕਿ ਪਿਛਲੇ ਦਿਨੀ ਨਾ ਇੱਥੇ ਇੱਕ ਮੇਲਾ ਲੰਘਿਆ ਜਸ਼ਨ ਬਹਾਰਾ ਜਿਹਨੂੰ ਕਿਹਾ ਜਾਂਦਾ ਜੀ ਜਦੋਂ ਬਹਾਰ ਦਾ ਮੌਸਮ ਆਉਂਦਾ ਨਾ ਇੱਥੇ ਗਵਰਨਮੈਂਟ ਇੱਕ ਮੇਲਾ ਕਰਾਉਂਦੀ ਬਹੁਤ ਵੱਡਾ ਅਫੀਸ਼ੀਅਲੀ ਗਵਰਨਮੈਂਟ ਕਰਵਾਉਂਦੀ ਹਾਂਜੀ ਉਦੋਂ ਫਿਰ ਸਾਰੇ ਸਜਾ ਦਿੰਦੇ ਨੇ ਅੱਛਾ ਜੀ ਹਾਂਜੀ ਆ ਵੈਸੇ ਹੁਣ ਵੀ ਬਹੁਤ ਸਾਰੇ ਇੱਕੋ ਜਗ੍ਹਾ ਤੇ ਬਹੁਤ ਸਾਰੇ ਰੰਗ ਵੇਖਣ ਨੂੰ ਮਿਲਦੇ ਆ ਇੱਥੇ ਰੰਗਾ ਭਰਿਆ ਲਾਹੌਰ ਇਹ ਹੁਣ ਅਸੀਂ ਜਿਸ ਚੌਕ ਦੇ ਵਿੱਚ ਆ ਗਏ ਆ ਇਸ ਦਾ ਵੀ ਦੱਸ ਦੋ ਅਲਹਮਰਾ ਹਾਲ ਹੈ ਅਲਹਮਰਾ ਹਾਲ ਹੈ ਜਿਹਨੇ ਡਰਾਮੇ ਵਗੈਰਾ ਥੀਏਟਰ ਜੋ ਵੀ ਪਲੇ ਹੁੰਦਾ ਮਤਲਬ ਜਿਹੜੇ ਸਾਡੇ ਉਧਰ ਚੜਦੇ ਪੰਜਾਬ ਚ ਬੰਦੇ ਡਰਾਮੇ ਵੇਖਦੇ ਆ ਜਿੰਨੇ ਮਤਲਬ ਜਿਹੜੇ ਉਧਰ ਨਹੀਂ ਜਿਹੜੇ ਉਧਰੋਂ ਜਿੰਨੇ ਵੀ ਕਲਾਕਾਰ ਹੁੰਦੇ ਨੇ ਸਾਂਝੇ ਸਾਂਝੇ ਡਰਾਮ ਹੁੰਦਾ ਵਾ ਜਾਂ ਕੋਈ ਥੀਏਟਰ ਦਾ ਮਤਲਬ ਜਿਹੜਾ ਲਾਈਵ ਪਲੇ ਕਰਦਾ ਸਟੇਟ ਲੈਵਲ ਦਾ ਜਿਹੜਾ ਇਹ ਥੀਏਟਰ ਦਾ ਉਹ ਇੱਥੇ ਹੁੰਦਾ ਜਿਹੜੇ ਉਧਰੋਂ ਆਉਂਦੇ ਨੇ ਚੜਦੇ ਪੰਜਾਬ ਤੋਂ ਆਉਂਦੇ ਉਹ ਵੀ ਇੱਥੇ ਮਤਲਬ ਜੋਏ ਡਾਕਟਰ ਸਾਹਿਬ ਆਏ ਸੀ ਪਿਛਲੇ ਦਿਨ ਉਹ ਵੀ ਇੱਥੇ ਸੀ ਜਿੰਨੇ ਵੀ ਕਲਾਕਾਰ ਹੁੰਦੇ ਨੇ ਇੱਥੇ ਆ ਕੇ ਪਲੇ ਕਰਦੇ ਨੇ ਜੀ ਪਿੱਛੇ ਇਸ ਤੋਂ ਪਹਿਲੇ ਮਤਲਬ ਅਨੀਤਾ ਦੇਵਗਨ ਹਾਂਜੀ ਹਾਂਜੀ ਉਹ ਵੀ ਇੱਥੋਂ ਹੋ ਗਏ ਕਾਫੀ ਅਰਸਾ ਪਹਿਲੇ ਇਹ ਚੌਕ ਜਿਹੜਾ ਆ ਗਿਆ ਜਿਹੜਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਇਹ ਚੌਕ ਜਿਹੜਾ ਇਹਨੂੰ ਚੇਰਿੰਗ ਕ੍ਰਾਸ ਦਾ ਚੌਕ ਕਿਹਾ ਜਾਂਦਾ ਇਸ ਚੌਕ ਦੇ ਲੈਫਟ ਸਾਈਡ ਦੇ ਉੱਤੇ ਸਾਡਾ ਜਿਹੜਾ ਸੀਐਮ ਹੈ ਉਹਦਾ ਹਾਊਸ ਹੈ ਸੀਐਮ ਹਾਊਸ ਉਹਨੂੰ ਕਿਹਾ ਜਾਂਦਾ ਸਾਡੇ ਲੈਫਟ ਸਾਈਡ ਤੇ ਸੀਐਮ ਹਾਊਸ ਹੈ ਔਰ ਰਾਈਟ ਸਾਈਡ ਦੇ ਉੱਤੇ ਜਿਹੜੀ ਪੰਜਾਬ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਹੈ ਜਿਹਨੂੰ ਤੁਸੀਂ ਆਪਣਾ ਉੱਥੇ ਕੀ ਕਹਿੰਦੇ ਹੋ ਵਿਧਾਨ ਸਭਾ ਇਹ ਪੰਜਾਬ ਵਿਧਾਨ ਸਭਾ ਪੰਜਾਬ ਪ੍ਰੋਵਿੰਸ਼ੀਅਲ ਅਸੈਂਬਲੀ ਦੀ ਬਿਲਡਿੰਗ ਰਾਈਟ ਸਾਈਡ ਤੇ ਬਿਲਕੁਲ ਆਉਣ ਲੱਗੀ ਹੈ ਇਹ ਸਿਗਨਲ ਸਾਡਾ ਉਹ ਖੁੱਲ ਗਿਆ ਬਿਜਲੀ ਬੋਰਡ ਦਾ ਜੀ ਹਾਂਜੀ ਇਹ ਬਿਜਲੀ ਬੋਰਡ ਦਾ ਹੈਡ ਆਫਿਸ ਹੈ ਜੀ ਸਾਡੇ ਜਿਹੜਾ ਮਹਿਕਮਾ ਬਿਜਲੀ ਹੈ ਉਹਦਾ ਹੈਡ ਆਫਿਸ ਇਹਨੂੰ ਵਾਪੜਾ ਹਾਊਸ ਕਹਿੰਦੇ ਨੇ ਜੀ ਕਿਉਂਕਿ ਸਾਡੇ ਇੱਥੇ ਬਿਜਲੀ ਬੋਰਡ ਨੂੰ ਵਾਪੜਾ ਕਿਹਾ ਜਾਂਦਾ ਹਾਂ ਲਿਖਿਆ ਵਾਪੜਾ ਹਾਊਸ ਵਾਪੜਾ ਹਾਊਸ ਇਹ ਰਾਈਟ ਸਾਈਡ ਦੇ ਉੱਤੇ ਜੀ ਪੰਜਾਬ ਅਸੈਂਬਲੀ ਜਿਹੜੀ ਸਾਡੀ ਹੈ ਉਹਦੀ ਬਿਲਡਿੰਗ ਗਿੱਲ ਸਾਹਿਬ ਦਿਖਾਓ ਜ਼ਰਾ ਸਭ ਨੂੰ ਜਿੱਥੇ ਇਹ ਬਿਲਕੁਲ ਰਾਈਟ ਸਾਈਡ ਦੇ ਉੱਤੇ ਜੀ ਪਤਾ ਨਹੀਂ ਹਾਲ ਹੁੰਦੇ ਨੇ ਪਹਿਲੇ ਸਾਂਝੇ ਪਹਿਲੇ ਵੀ ਮਤਲਬ ਇਹ ਉਹੀ ਇਹ ਉਹੀ ਬਿਲਡਿੰਗ ਹੈ ਜਿਹੜਾ ਪਹਿਲੀ ਸੀ ਜਿਹੜੀ ਸਾਂਝੇ ਪੰਜਾਬ ਦੀ ਅਸੈਂਬਲੀ ਇਹ ਉਹੀ ਸੀ ਉਹ ਚੀਜ਼ਾਂ ਤੇ ਇੱਥੇ ਸਾਂਭੀਆਂ ਆ ਜਿੰਨੀਆਂ ਵੀ ਦੋ ਸਾਈਡਾਂ ਦੇ ਬਿਲਡਿੰਗ ਨਜ਼ਰ ਆ ਰਹੀਆਂ ਨੇ ਉੱਤੇ ਸ਼ਾਹਦੀਨ ਮੰਜ਼ਲ ਬਿਲਡਿੰਗ ਹੋਣੇ ਤੇ ਗੁਜ਼ਰ ਗਈ ਅਸੀਂ ਵਿਖਾ ਨਹੀਂ ਸਕੇ ਤੁਹਾਨੂੰ ਇਹ ਵੀ ਬਿਫੋਰ ਪਾਰਟੀਸ਼ਨ ਆ ਜਿਹੜਾ ਥੀਏਟਰ ਹੈ ਵੀ ਅਲਫਾ ਥੀਏਟਰ ਨੂੰ ਕਿਹਾ ਜਾਂਦਾ ਡਰਾਮੇ ਪਲੇ ਹੁੰਦੇ ਨੇ ਜਿਹੜੇ ਆ ਸਟੇਜ ਡਰਾਮੇ ਨਹੀਂ ਆ ਇਮਾਰਤਾਂ ਸਾਰੀਆਂ ਪੁਰਾਣੀਆਂ ਨੇ ਨਾ ਬਹੁਤ ਮਤਲਬ ਸਾਂਭਿਆ ਹੋਇਆ ਇੱਥੇ ਪੁਰਾਤਨ ਪੰਜਾਬ ਨੂੰ ਇੱਥੇ ਵਿਦਆਊਟ ਪਰਮਿਸ਼ਨ ਜਿਹੜਾ ਵੇ ਕੋਈ ਬੰਦਾ ਆਪਣੀ ਬਿਲਡਿੰਗ ਦੀ ਤੋੜ ਫੋੜ ਕੁਝ ਵੀ ਨਹੀਂ ਕਰ ਸਕਦਾ ਇਹ ਉਹ ਸਾਰੀਆਂ ਬਿਲਡਿੰਗਸ ਜਿਹੜੀਆਂ ਨੇ ਇਹ ਬਿਫੋਰ 1947 ਦੀਆਂ ਨੇ ਬਿਲਕੁਲ ਔਰ ਦੂਸਰਾ ਇਹ ਹੈ ਕਿ ਜਿੰਨੀਆਂ ਸਾਡਾਂ ਦੇ ਤੁਸੀਂ ਬਿਲਡਿੰਗ ਵੇਖ ਰਹੇ ਹੋ ਨਾ ਜਿਹੜੀਆਂ ਪੁਰਾਣੀਆਂ ਨੇ ਇਹ ਜਿਹੜੀਆਂ ਇਹ ਸਾਰੀਆਂ ਦਾ ਇਹ ਬਿਲਡਿੰਗ ਜਿਹੜੀ ਹੁਣ ਅਸੀਂ ਵਾਪਸੀ ਤੁਹਾਨੂੰ ਦਿਖਾਵਾਂਗੇ ਬਾਬਾ ਡਿੰਗਾ ਸਿੰਘ ਬਿਲਡਿੰਗ ਦਾ ਨਾਮ ਬਣਾਉਣ ਵਾਲਾ ਜਿਹੜਾ ਸੀ ਇਹਨਾਂ ਸਾਰੀਆਂ ਬਿਲਡਿੰਗਾਂ ਨੂੰ ਜੀ ਉਹ ਗੰਗਾਰਾਮ ਸੀ ਸਰ ਗੰਗਾਰਾਮ ਔਰ ਸਰ ਗੰਗਾ ਜੇ ਅਸਲ ਮਾਇਨੇ ਦੇ ਵਿੱਚ ਤੁਸੀਂ ਵੇਖੋ ਲਾਹੌਰ ਨੂੰ ਅਗਰ ਕਿਸੇ ਬੰਦੇ ਨੇ ਬਣਾਇਆ ਹੈ ਲਾਹੌਰ ਬਣਾਉਣ ਵਾਲਾ ਕੋਈ ਬੰਦਾ ਹੈ ਜੀ ਤਾਂ ਉਹ ਸਰ ਗੰਗਾਰਾਮ ਸੀ ਆ ਜਿੰਨੀਆਂ ਬਿਲਡਿੰਗਾਂ ਦੋ ਸਾਈਡਾਂ ਦੇ ਸਾਰੀਆਂ ਉਹਨਾਂ ਨੇ ਉਹਨਾਂ ਦੇ ਦੌਰ ਵਿੱਚ ਬਣੀਆਂ ਔਰ ਗੋਰਿਆਂ ਦੇ ਟਾਈਮ 'ਚ ਇੰਜੀਨੀਅਰ ਸਨ ਇਸ ਕਰਕੇ ਇਹਨਾਂ ਦਾ ਜਿਹੜਾ ਲਾਹੌਰ ਦਾ ਸੋਹਰਾ ਉਹਨਾਂ ਨੂੰ ਇਹ ਗਿਲ ਸਾਹਿਬ ਹੁਣ ਲੈਫਟ ਸਾਈਡ ਤੇ ਦਿਖਾਓ ਜ਼ਰਾ ਗਿੱਲ ਸਾਹਿਬ ਸਾਡੇ ਲੈਫਟ ਸਾਈਡ ਦੇ ਉੱਤੇ ਸਟੇਟ ਬੈਂਕ ਆਫ ਪਾਕਿਸਤਾਨ ਜਿਹੜਾ ਸਾਡਾ ਸਰਕਾਰੀ ਬੈਂਕ ਹੈ ਲੈਫਟ ਸਾਈਡ ਕਿੰਨੀ ਖੂਬਸੂਰਤ ਬਿਲਡਿੰਗ ਹੈ ਇਹ ਲੈਫਟ ਸਾਈਡ ਦੇ ਉੱਤੇ ਹੁਣ ਸਾਡਾ ਸਟੇਟ ਬੈਂਕ ਆ ਗਿਆ ਜੀ ਪਾਕਿਸਤਾਨ ਦਾ ਇਹ ਹੁਣ ਸ਼ੁਰੂ ਹੋ ਗਈ ਜੀ ਬਿਲਡਿੰਗ ਜਿੱਥੇ ਸਾਡੇ ਰੁਪਈਏ ਛਪਦੇ ਤੇ ਕਰੰਸੀ ਬਣਦੀ ਤੇ ਜਿਹੜਾ ਗਵਰਨ ਕਰਦਾ ਸਾਡੇ ਪੈਸੇ ਨੂੰ ਇਹ ਉਹ ਵਾਲੀ ਬਿਲਡਿੰਗ ਹੈ ਜੀ ਇਹ ਹੁਣ ਤੁਹਾਡੇ ਸਾਹਮਣੇ ਬਿਲਕੁਲ ਹਾਈ ਕੋਰਟ ਆ ਗਿਆ ਜੀ ਇਹ ਲੈਫਟ ਸਾਈਡ ਦੇ ਉੱਤੇ ਸਾਂਝੇ ਪੰਜਾਬ ਦੀ ਜਿਹੜੀ ਹਾਈ ਕੋਰਟ ਸੀ ਇਹ ਹਾਈ ਕੋਰਟ ਉਦੋਂ ਜੀ ਬਿਲਕੁਲ ਇਹ ਵੀ
ਇਹ ਅੱਜ ਵੀ ਆਪਣੀ ਅਸਲ ਹਾਲਤ 'ਚ ਮੌਜੂਦ ਹੈ, ਕੋਈ ਇਹਦੇ 'ਚ ਤੋੜ ਫੋੜ ਅਮੈਂਡਮੈਂਟ ਨਹੀਂ ਕੀਤੀ ਗਈ। ਇਹ ਗੇਟ, ਇਹ ਪਿੱਲਰ, ਇਹ ਹਰ ਚੀਜ਼ ਜਿਹੜੀ ਹੈ ਇਹ ਪੁਰਾਣੀ ਬਣੀ ਹੋਈ ਹੈ, ਵਿਰਾਸਤ ਨੂੰ ਸਾਂਭਿਆ ਹੋਇਆ ਆ ਜੀ। ਬਿਲਕੁਲ ਬਿਲਕੁਲ, ਅੰਦਰ ਬਿਲਡਿੰਗ ਜਿਹੜੀਆਂ ਨੇ ਉਹ ਸਾਰੀਆਂ ਲੱਕੜੀ, ਈਵਨ ਵੀ ਅੱਜ ਵੀ ਉਹ ਕੁਛ ਸ਼ਾਇਦ ਕੁਛ 100-150 ਸਾਲ ਪੁਰਾਣੀ ਲੱਕੜੀ ਲੱਗੀ ਹੋਈ ਜਿਹੜੀ ਅੱਜ ਤੱਕ ਖਰਾਬ ਨਹੀਂ ਹੋਈ। ਇਹ ਚੌਕ ਤੋਂ ਅੱਗੇ ਹੁਣ ਸਾਡਾ ਜਿਹੜਾ ਨੈਕਸਟ ਸਿਗਨਲ ਨਜ਼ਰ ਆ ਰਿਹਾ, ਇਸ ਚੌਕ ਨੂੰ GPO ਕਿਹਾ ਜਾਂਦਾ ਹੈ, ਲਾਹੌਰ ਜਨਰਲ ਪੋਸਟ ਆਫਿਸ ਤੁਹਾਡੇ ਲੈਫਟ ਸਾਈਡ ਤੇ ਆ ਗਿਆ। ਔਰ ਇਹ ਵੀ ਉਦੋਂ ਦੀ ਬਿਲਡਿੰਗ ਹੈ, ਇਹ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਪੁਰਾਣਾ ਹੈ ਤੇ 99ਵੇਂ ਦਾ ਸਾਂਭਿਆ ਹੋਇਆ ਹੈ। ਜੀ ਜੀ, ਇਹ ਬਿਲਡਿੰਗ ਜਿਹੜੀ ਹੈ ਇਹ GPO ਜਿਹੜਾ ਇੱਕ ਮਸ਼ਹੂਰ ਤੁਹਾਡੀ ਇੱਕ ਉਥੇ ਐਮੀ ਸਿੰਘ ਗਿੱਲ ਸਾਹਿਬ ਉਹ ਜਿਹੜੀ ਲੈਟਰ ਲਿਖਦੀ ਹੁੰਦੀ ਸੀ ਲਾਹੌਰ ਦੇ ਨਾਮ ਦੇ ਉੱਤੇ। ਹਾਂਜੀ ਹਾਂਜੀ, ਉਹ ਸ਼ਾਇਦ ਪੱਤਰਕਾਰ ਹੈ ਜਾਂ ਕੋਈ ਨਹੀਂ ਰਾਈਟਰ ਹੈ, ਇਹ ਉਹ GPO ਦੇ ਨਾਮ ਤੇ ਲਾਹੌਰ ਦੇ ਲਿਖਦੀ ਰਹੀ ਹੈ ਲੈਟਰ। ਜੀ ਜੀ, ਠੀਕ ਹੋ, ਤੁਸੀਂ ਉਹਦਾ ਨਾਮ ਸੁਣਿਆ ਹੋਵੇਗਾ। ਔਰ ਇਹ GPO ਦੀ ਬਿਲਡਿੰਗ 100% ਉਹ ਹੀ ਹੈ ਜਿਹੜੀ ਅੱਜ ਤੋਂ 100-150 ਸਾਲ ਪਹਿਲੇ ਬਣੀ ਸੀ। ਇਹੀ ਸਭ ਤੋਂ ਕਮਾਲ ਹੈ ਕਿ ਪੁਰਾਣੀਆਂ ਇਮਾਰਤਾਂ ਉਂਝ ਦੀ ਉਂਝ ਹੀ ਨੇ ਕਿ ਤਰੇੜ ਤੱਕ ਨਹੀਂ ਆਈ। ਤਰੇੜ ਤੱਕ ਨਹੀਂ ਆਈ, ਨਾ ਚੜੀਆਂ ਆਈਆਂ, ਨਹੀਂ ਤਾਂ ਸੀਮੇਂਟ ਐਵੇਂ ਚੜ ਜਾਂਦਾ। ਬਿਲਕੁਲ ਨਾ, ਬਿਲਕੁਲ ਆਪਣੀ ਜਗ੍ਹਾ 'ਚ ਕਾਇਮ ਲੱਗੇ ਹੋਏ ਆ ਨਾ। ਇਹ ਹੁਣ ਅਗਲਾ ਚੌਕ ਜਿਹੜਾ ਸਾਡੇ ਕੋਲ ਅੱਗੇ ਆ ਰਿਹਾ, ਇਹਨੂੰ ਅਨਾਰਕਲੀ ਚੌਕ ਕਿਹਾ ਜਾਂਦਾ। ਅੱਛਾ, ਹੁਣ ਅਸੀਂ ਅਨਾਰਕਲੀ ਚੌਕ 'ਚ ਪਹੁੰਚਣ ਲੱਗੇ ਆ ਜੀ। ਤੇ ਇਸ ਅਨਾਰਕਲੀ ਚੌਕ ਦੇ ਅਨਾਰ, ਇਸ ਤੋਂ ਪਹਿਲੇ ਇਹ ਸਾਹਮਣੇ ਪਾਰਟੀ ਹਾਊਸ ਹੈ, ਪਿਛਲੇ ਪਾਸੇ ਆ ਗਿਆ। 1948 'ਚ ਦੁਬਾਰਾ ਸ਼ੁਰੂ ਹੋਇਆ ਸੀ ਔਰ ਪਾਰਟੀਸ਼ਨ ਤੋਂ ਪਹਿਲੇ ਦਾ ਹੀ ਹੈ। ਅੱਛਾ ਜੀ, ਔਰ ਜਿੰਨੇ ਜਿਹੜੇ ਕਵੀ ਹੁੰਦੇ ਸਨ, ਜਿਹੜੇ ਸ਼ਾਇਰ ਨੇ, ਉੱਥੇ ਆਣ ਕੇ ਚਾਹ ਪੀਂਦੇ ਸਨ, ਬਹਿ ਕੇ ਗੱਲਬਾਤ ਕਰਦੇ ਸੀ, ਔਰ ਹੁਣ ਵੀ ਇੱਥੇ ਬਹਿੰਦੇ ਨੇ ਅੱਜ ਦੇ ਜਿਹੜੇ। ਲਓ ਜੀ ਗਿੱਲ ਸਾਹਿਬ, ਚੌਕ ਆ ਗਿਆ ਅਨਾਰਕਲੀ ਦਾ। ਇਹ ਲੈਫਟ ਸਾਈਡ ਦੇ ਉੱਤੇ ਫੂਡ ਸਟਰੀਟ ਹੈ ਅਨਾਰਕਲੀ ਦੀ। ਅੱਛਾ ਅੱਛਾ, ਠੀਕ ਹੈ। ਤੇ ਰਾਈਟ ਸਾਈਡ ਦੇ ਉੱਤੇ ਸ਼ਾਪਿੰਗ ਮਾਲ, ਸ਼ਾਪਿੰਗ ਮਾਰਕੀਟ ਜਿਹੜੀ ਹੈ, ਬਲਕਿ ਪੁਰਾਣੀ ਪੁਰਾਣੀ ਅਨਾਰਕਲੀ ਹੈ, ਇਹ ਨਵੀਂ ਅਨਾਰਕਲੀ, ਨਵੀਂ ਅਨਾਰਕਲੀ। ਇਹ ਜਿਹੜਾ ਮਿਊਜ਼ੀਅਮ ਸੀ ਪੁਰਾਣਾ, ਜਿੱਥੇ ਪਹਿਲੇ ਗੋਰਿਆਂ ਨੇ ਸਮਾਨ ਰੱਖਿਆ ਸੀ ਜਿਹੜਾ ਮਿਊਜ਼ੀਅਮ ਦਾ, ਲੇਕਿਨ ਇਹ ਛੋਟਾ ਸੀ। ਉਸ ਤੋਂ ਬਾਅਦ ਉਹਨਾਂ ਨਵੀਂ ਬਿਲਡਿੰਗ ਬਣਾਈ ਆ ਉਹ ਸਾਹਮਣੇ ਜੀ, ਲਾਹੌਰ ਮਿਊਜ਼ੀਅਮ ਜਿਹੜਾ, ਇਹ ਵੀ ਬਿਲਡਿੰਗ ਪੁਰਾਣੀ ਹੈ ਜੀ। ਇਹ ਬਿਲਡਿੰਗ ਗੋਰਿਆਂ ਨੇ ਇੱਥੇ ਸ਼ਿਫਟ ਕੀਤਾ ਲਾਹੌਰ ਮਿਊਜ਼ੀਅਮ। ਇਹ ਮਿੱਤਰਾ ਬਾਹਰ ਦਿਖਾ ਦਿਓ, ਇਧਰ ਕਿੰਨਾ ਸੋਹਣਾ ਲਾਈਟ ਜੀ। ਇਹ ਇਸ ਟਾਈਮ ਲਾਹੌਰ ਮਿਊਜ਼ੀਅਮ ਦੇ ਕੋਲੋਂ ਅਸੀਂ ਗੁਜ਼ਰ ਰਹੇ ਹਾਂ ਗਿੱਲ ਸਾਹਿਬ। ਜਰਾ ਰਾਈਟ ਸਾਈਡ ਤੇ ਵੀ ਦੇਖਣਾ, ਪੰਜਾਬ ਯੂਨੀਵਰਸਿਟੀ ਜਿਹੜੀ ਹੈ ਬੜੀ ਫੇਮਸ, ਬਲਕਿ ਵਾਪਸੀ ਤੁਹਾਨੂੰ ਅਸੀਂ ਘੁਮਾ ਦਿਖਾਉਂਦੇ ਹਾਂ ਪੰਜਾਬ ਯੂਨੀਵਰਸਿਟੀ। ਫਿਲਹਾਲ ਅਸੀਂ ਸਿੱਧੇ ਟਰਨ ਲੈ ਕੇ ਆਉਂਦੇ ਹਾਂ। ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਸਾਰੀ ਇੱਥੇ ਬਹਿੰਦੀ ਹੁੰਦੀ ਸੀ ਬਿਫੋਰ ਪਾਰਟੀਸ਼ਨ। ਇਹ ਬਿਲਡਿੰਗ ਵੀ ਅੱਜ ਵੀ ਲਾਹੌਰ ਟਾਊਨ ਹਾਲ ਇਹਨੂੰ ਕਿਹਾ ਜਾਂਦਾ। ਇਹ ਆਪਣੀ ਅਸਲੀ ਹਾਲਤ ਦੇ ਵਿੱਚ ਅੱਜ ਵੀ ਮੌਜੂਦ ਹੈ। ਅੱਛਾ, ਇਹ ਕੀ ਸੀ, ਮੈਂ ਸੁਣਿਆ ਨਹੀਂ। ਇਹ ਟਾਊਨ ਹਾਲ ਇਹਨੂੰ ਕਿਹਾ ਜਾਂਦਾ, ਜਿਹੜਾ ਲਾਹੌਰ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਹੈ, ਟਾਊਨ ਮਿਊਨਿਸਪਲ ਐਡਮਿਨਿਸਟ੍ਰੇਸ਼ਨ ਇਹਨੂੰ ਕਿਹਾ ਜਾਂਦਾ ਸੀ, TMA। ਤੇ ਇਹ TMA ਜਿਹੜੀ ਇਹ ਮਹਿਕਮੇ ਲਾਹੌਰ ਦੇ ਜਿਹੜੀਆਂ ਗਲੀਆਂ, ਜਿਹੜੀਆਂ ਸੜਕਾਂ, ਜਿਹੜੇ ਬਿਲਡਿੰਗ ਪਲਾਨ ਨੂੰ ਮੈਨੇਜ ਕਰਦਾ ਹੁੰਦਾ ਸੀ, ਇਹ ਉਹ ਵਾਲੀ ਬਿਲਡਿੰਗ ਹੈ। ਫਿਰ ਅਸੀਂ ਫਿਰੋਜ਼ਪੁਰ ਰੋਡ ਤੇ ਆ ਗਏ ਹਾਂ। ਨਹੀਂ ਨਹੀਂ, ਹਾਂਜੀ, ਹੁਣ ਇਹ ਫਿਰੋਜ਼ਪੁਰ ਰੋਡ ਸਾਹਮਣੇ ਸਾਡੇ ਆ ਗਿਆ ਜੀ। ਇੱਥੋਂ ਅਸੀਂ ਹੁਣ ਯੂ-ਟਰਨ ਲਵਾਂਗੇ, ਬਿਲਕੁਲ ਸਾਹਮਣੇ ਵਾਲੀ ਬਿਲਡਿੰਗ ਤੇ ਗੱਲ ਸਾਹਿਬ ਫੋਕਸ ਕੀਤੀ ਨਹੀਂ ਅਸਾਂ। ਇਹ ਪੋਸਟ ਮਾਸਟਰ ਜਨਰਲ ਦਾ ਦਫ਼ਤਰ ਹੈ ਜੀ। ਇਹ ਬਿਲਡਿੰਗ ਵੀ ਜਿਹੜੀ ਹੈ ਇਹ ਸਾਡੀ ਬਿਫੋਰ ਪਾਰਟੀਸ਼ਨ ਦੀ ਹੈ। ਇਹਦੇ ਵਿੱਚ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਡਾਕਖਾਨਿਆਂ ਦਾ ਜਿਹੜਾ ਪੋਸਟ ਆਫਿਸ ਦਾ ਜਿਹੜਾ ਆਫਿਸਰ ਹੈ, ਪੋਸਟ ਮਾਸਟਰ ਜਨਰਲ, ਉਹ ਬੈਠਦਾ। PMG ਇਹਨੂੰ ਕਹਿੰਦੇ ਨੇ ਔਰ ਇਸ ਚੌਕ ਨੂੰ PMG ਕਿਹਾ ਜਾਂਦਾ, PMG ਚੌਕ। ਇੱਥੋਂ ਅਸੀਂ ਹੁਣ ਯੂ-ਟਰਨ ਲਵਾਂਗੇ ਦੁਬਾਰਾ। ਫਿਰ ਹੁਣ ਸਾਡੇ ਲੈਫਟ ਸਾਈਡ ਦੇ ਉੱਤੇ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ, ਥੋੜਾ ਡਾਰਕਨੈਸ ਦੀ ਵਜ੍ਹਾ ਤੋਂ ਸ਼ਾਇਦ ਵਿਜ਼ੀਬਲ ਪ੍ਰੋਪਰ ਨਹੀਂ, ਇਹ ਬਿਲਡਿੰਗ ਜਿਹੜੀ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਬਿਲਡਿੰਗ ਹੈ। ਔਰ ਇਹ ਬਿਲਡਿੰਗ ਵੀ ਜਿਹੜੀ ਹੈ ਇਹ ਅੰਗਰੇਜ਼ ਦੌਰ 'ਚ ਬਣੀ ਸੀ ਔਰ ਅੱਜ ਵੀ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ। ਔਰ ਇੱਥੇ ਜਿਹੜਾ ਵੀ ਕਲਾਸਾਂ ਹੁੰਦੀਆਂ ਨੇ, ਜਿਹੜਾ ਪੂਰੇ ਪਾਕਿਸਤਾਨ ਤੋਂ ਸਟੂਡੈਂਟਸ ਇੱਥੇ ਪੜ੍ਹਦੇ ਨੇ, ਮੁਖਤਲਿਫ ਡਿਪਾਰਟਮੈਂਟਸ ਇੱਥੇ ਮੌਜੂਦ ਨੇ। ਗਿੱਲ ਸਾਹਿਬ ਤੁਸੀਂ ਜ਼ਰਾ ਇਹਨੂੰ ਫੋਕਸ ਕਰੋ, ਲੰਘ ਗਿਆ, ਕੋਈ ਗੱਲ ਨਹੀਂ। ਫਿਰ ਇਹ ਵੀ ਗੇਟ ਆ ਗਿਆ ਨਾ, ਇਹ ਵੀ ਗੇਟ ਹੈ, ਕਾਫੀ 4-5 ਗੇਟ ਨੇ ਇਹਦੇ। ਇਹ ਪੰਜਾਬ ਯੂਨੀਵਰਸਿਟੀ ਹੁਣ ਅਸੀਂ ਤੁਹਾਨੂੰ ਦਿਨ ਟਾਈਮ ਅੰਦਰੋਂ ਦਿਖਾ ਸਕਾਂਗੇ, ਰਾਤ ਦੇ ਟਾਈਮ ਤੇ ਜੀ ਜੀ ਅੰਦਰ ਜਾ ਸਕਦੇ ਹਾਂ ਜੀ। ਤੁਹਾਨੂੰ ਜਿਹੜਾ ਵੀ ਦਿਨ ਟਾਈਮ ਜਿਹੜਾ ਇਹਦਾ ਦੁਬਾਰਾ ਵਿਜ਼ਿਟ ਹੁਣ ਕੋਸ਼ਿਸ਼ ਕਰਾਂਗੇ ਕੱਲ ਦੇ ਦਿਨ ਦੇ ਵਿੱਚ ਤੁਹਾਨੂੰ ਕਰਾਈਏ ਅਸੀਂ ਜੀ। ਆਪਾਂ ਫੇਰ ਉਧਰ ਹੀ ਆ ਗਏ ਨਾ ਇਹ ਅਸੀਂ, ਹਾਂਜੀ, ਉੱਥੇ ਫਿਰ ਅਨਾਰਕਲੀ ਚੌਕ ਆ ਗਿਆ ਜੀ। ਇਹ ਲੈਫਟ ਸਾਈਡ ਤੇ ਪੁਰਾਣੀ ਅਨਾਰਕਲੀ ਇਹਨੂੰ ਕਿਹਾ ਜਾਂਦਾ। ਹਾਂ, ਤੇ ਇੱਕ ਪਾਸੇ ਇਹਦੇ ਅੰਦਰ ਸ਼ਾਪਿੰਗ ਵਾਲੀਆਂ ਸਾਰੀਆਂ ਜੁੱਤੀਆਂ, ਕੱਪੜੇ, ਈਚ ਐਂਡ ਐਵਰੀਥਿੰਗ ਜਿਹੜੀ ਹੈ। ਜਦੋਂ ਕਦੀ ਲਾਹੌਰ ਸ਼ਹਿਰ ਪੁਰਾਣਾ ਚੱਲਦਾ ਸੀ ਉਦੋਂ ਇਹ ਹੀ ਜਿਹੜਾ ਸਭ ਤੋਂ ਵੱਡੀ ਮਾਰਕੀਟ ਲਾਹੌਰ ਸ਼ਹਿਰ ਦੀ ਹੁੰਦੀ ਸੀ। ਬਾਟਾ ਦੇ ਬੜੇ ਸ਼ੋਰੂਮ ਨੇ ਜੀ। ਹੁਣ ਆਪਾਂ ਕਿਹੜੀ ਸਾਈਡ ਜਾ ਰਹੇ ਹਾਂ? ਅਸੀਂ ਹੁਣ ਜਾ ਰਹੇ ਹਾਂ ਲਕਸ਼ਮੀ ਚੌਕ ਤੇ ਵੇਖਣੇ ਉੱਥੋਂ ਖਾਣ ਪੀਣ ਦਾ। ਫੂਡ ਸਟਰੀਟ ਵੀ ਉੱਥੇ ਹੈ ਨਾ? ਫੂਡ ਸਟਰੀਟ ਹੈ ਤੇ ਉਸ ਤੋਂ ਬਾਅਦ ਵੇਖਣੇ ਫਿਰ ਕਿੱਥੇ ਜਾਣਾ? ਫਿਰ ਚਮਨ ਤੇ ਆਵਾਂਗੇ, ਆਈਸਕ੍ਰੀਮ ਖਾਵਾਂਗੇ ਮਾਰ ਰੋਡ ਤੋਂ। ਠੀਕ ਹੈ,
ਲਾਹੌਰ ਸ਼ਹਿਰ ਦੀ ਬਹੁਤ ਮਸ਼ਹੂਰ ਆਈਸਕ੍ਰੀਮ ਹੈ, ਕੋਈ ਵੀ ਜਿਹੜਾ ਟੂਰਿਸਟ ਆਉਂਦਾ ਉਹ ਖਾਏ ਬਗੈਰ ਅਸੀਂ ਉਹਨੂੰ ਜਾਣ ਨਹੀਂ ਦਿੰਦੇ। ਉਸ ਤੋਂ ਬਾਅਦ ਪਤਾ ਨਹੀਂ ਸਾਨੂੰ ਕਿੱਧਰ ਕਿੱਧਰ ਜਾਣਾ ਹੈ। ਚਲੋ ਕੋਈ ਗੱਲ ਨਹੀਂ, ਬਸ ਅੱਜ ਤੇ ਘੁੰਮਣਾ ਲਾਹੌਰ ਹੀ ਵੇਖਣਾ ਪੂਰਾ। ਪਾਰਟੀਸ਼ਨ ਤੋਂ ਪਹਿਲੇ ਗੋਰਿਆਂ ਦਾ ਬਣਾਇਆ ਚਰਚ ਹੈ, ਇਹ ਚਰਚ ਹੈ ਅੱਜ ਵੀ ਕਾਇਮ ਹੈ। ਉਸ ਤਰ੍ਹਾਂ ਜਿਹੜੀ ਬਿਲਡਿੰਗ ਹੈ ਬਹੁਤ ਖੂਬਸੂਰਤ ਬਿਲਡਿੰਗ। ਆ ਉੱਪਰ ਕੀ ਲਿਖਿਆ ਇਧਰ? ਇਹ ਜੀ ਲਿਖਿਆ ਜੀ ਬਟ ਕੜਾਹੀ। ਲਕਸ਼ਮੀ ਬਿਲਡਿੰਗ ਇਸੇ ਬਿਲਡਿੰਗ ਦੇ ਨਾਮ ਦੀ ਵਜ੍ਹਾ ਤੋਂ ਇਸ ਚੌਕ ਦਾ ਨਾਮ ਲਕਸ਼ਮੀ ਚੌਕ ਜਿਹੜਾ ਉਹ ਇਹ ਵੱਜਦਾ। ਤੇ ਬਿਲਡਿੰਗ ਦੀ ਜਿਹੜੀ ਹਾਲਤ ਹੈ ਸਿਰਫ ਫਰੰਟ ਜਿਹੜਾ ਦੀਵਾਰ ਹੈ ਉਹ ਹੀ ਰਹਿ ਗਈ ਔਰ ਮੇਨ ਗੇਟ ਰਹਿ ਗਿਆ, ਬਾਕੀ ਬਿਲਡਿੰਗ ਦੇ ਪਿੱਛੋਂ ਸਾਰੀ ਜਿਹੜੀ ਇਹ ਡਿੱਗ ਪਈ ਹੋਈ ਹੈ। ਲੇਕਿਨ ਬਾਹਰੋਂ ਵੇਖਿਆ ਇੰਝ ਹੀ ਲੱਗਦਾ ਕਿ ਅੱਜ ਵੀ ਇਹ ਬਿਲਡਿੰਗ ਆਪਣੀ ਪੂਰੀ ਆਬੋ ਤਾਬ ਨਾਲ ਮੌਜੂਦ ਹੈ। ਬਾਹਰੋਂ ਤੇ ਠੀਕ ਲੱਗ ਰਹੀ ਹੈ। ਚਲੀਏ ਅੰਦਰ ਨੂੰ। ਹੁਣ ਅਸੀਂ ਆਏ ਹਾਂ ਤਬਾਦ। ਦੱਸੋ ਜੀ ਇੱਥੇ ਕੀ ਕੀ ਸਪੈਸ਼ਲ ਆ? ਕੀ ਇਹ ਤਾਂ ਹੁਣ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਸਪੈਸ਼ਲ ਕੀ ਕੀ ਹੈ। ਚਲੋ ਕਿ ਤੁਹਾਨੂੰ ਮੁਸ਼ਕਲ ਬਹੁਤ ਆ ਰਹੀ ਸੀ। ਅੰਦਰ ਚੱਲਦੇ ਹਾਂ। ਨੌਨ ਵੈਜ ਨਹੀਂ ਅਸੀਂ ਖਾਣਾ, ਵੈਜ ਖਾਣਾ, ਤੇ ਇਸ ਲਈ ਇੱਥੇ ਵੈਜ ਚੀਜ਼ਾਂ ਬਹੁਤ ਘੱਟ ਮਿਲਦੀਆਂ, ਜੇ ਮਿਲਦੀ ਤਾਂ ਮਿਕਸ ਮਿਕਸ ਵੈਜ ਹੀ ਮਿਲਦੀ ਹੈ। ਹੁਣ ਜਾ ਕੇ ਦੇਖਦੇ ਇੱਥੇ ਸਾਨੂੰ ਕੀ ਮਿਲਦਾ ਹੈ। ਇਹ ਰੈਸਟੋਰੈਂਟ ਦੀ ਬਿਲਡਿੰਗ ਵੀ ਪੁਰਾਣੀ ਬਿਲਡਿੰਗ ਹੈ। ਆਓ ਜੀ ਆਓ। ਆ ਗਈ ਇੱਧਰ ਸਾਡੀ ਰੋਟੀ। ਆਪਾਂ ਮੰਗਾਇਆ ਗਾਰਲਿਕ ਨਾਨ ਪਾਲਕ ਪਨੀਰ, ਕਿਉਂਕਿ ਇੱਥੇ ਬਹੁਤ ਔਖਾ ਵੈਜ ਖਾਣਾ ਮਿਲਦਾ ਆ, ਅਤੇ ਮਸੀਂ ਚੁਣ ਚੁਣ ਕੇ ਅਸੀਂ ਆਹ ਲਿਆ ਵਾ ਅਤੇ ਖਾਂਦੇ ਹਾਂ। ਹੁਣ ਤਬਾਕ ਤੋਂ ਅਸੀਂ ਖਾ ਪੀ ਲਿਆ ਆ ਅਤੇ ਹੁਣ ਫਿਰ ਬੈਠਦੇ ਹਾਂ ਗੱਡੀ 'ਚ, ਅਤੇ ਹਾਲੇ ਲਾਹੌਰ ਦਾ ਗੇੜਾ ਥੋੜ੍ਹਾ ਜਿਹਾ ਰਹਿੰਦਾ ਆ ਅਤੇ ਆਪਾਂ ਉਹ ਵੀ ਪੂਰਾ ਕਰ ਲਈਏ। ਆਪਾਂ ਖਾ ਪੀ ਕੇ ਬਹਿ ਗਏ ਗੱਡੀ 'ਚ, ਅਤੇ ਮੈਂ ਤੁਹਾਨੂੰ ਇਹ ਕਹਿਣਾ ਸੀ ਖਾਣਾ ਬਹੁਤ ਜ਼ਿਆਦਾ ਸਵਾਦ ਸੀ, ਅਤੇ ਹੁਣ ਦੱਸੋ ਆਪਾਂ ਕਿੱਧਰ ਨੂੰ ਚੱਲੇ ਹਾਂ? ਦੱਸੋ ਜੀ ਗਿੱਲ ਸਾਹਿਬ ਹੁਣ ਕਿੱਧਰ ਦਾ ਰੂਟ ਹੈ ਸਾਡਾ? ਸਾਡਾ ਹੁਣ ਹੈਗਾ ਜੀ ਮਾਰ ਰੋਡ ਦਾ। ਅਤੇ ਮੇਰੀ ਸਲਾਹ ਜੇ ਮਾਰ ਰੋਡ 'ਤੇ ਜਾਣਾ ਹੈ ਅਤੇ ਹੁਣ ਜਿਹੜਾ ਫਿਰ ਡਿਨਰ ਤੋਂ ਬਾਅਦ ਜਿਹੜਾ ਕੋਈ ਨਾ ਕੋਈ ਸਵੀਟ ਡਿਸ਼ ਹੋਣੀ ਚਾਹੀਦੀ ਹੈ, ਤੇ ਸਵੀਟ ਡਿਸ਼ ਦਾ ਆਈਡੀਆ ਦੱਸੋ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਉਹ ਦੱਸੋ। ਆਈਸਕ੍ਰੀਮ ਹੀ ਹੋਣੀ ਚਾਹੀਦੀ, ਉਹਦੀ ਵਜ੍ਹਾ ਵੀ ਹੈ ਕਿ ਅਮਰੀਕ ਦਾ ਜਿਹੜਾ ਗਲਾ ਬੈਠਾ ਹੈ, ਗਲਾ ਸਹੀ ਕਰਨਾ ਹੈ, ਉਹ ਖਾਏਗਾ ਤੇ ਠੀਕ ਹੋਣਾ। ਤੇ ਗਲਾ ਸਹੀ ਕਰਨ ਵਾਸਤੇ ਮਾਰ ਰੋਡ ਦੀ ਸਭ ਤੋਂ ਫੇਮਸ ਬਲਕਿ ਲਾਹੌਰ ਦੀ ਸਭ ਤੋਂ ਫੇਮਸ ਆਈਸਕ੍ਰੀਮ ਚਮਨ ਆਈਸਕ੍ਰੀਮ ਜਿਹੜੀ ਹੈ ਸਾਨੂੰ ਫਿਰ ਉਹ ਖਾਣੀ ਚਾਹੀਦੀ ਹੈ। ਬਿਲਕੁਲ ਉੱਥੇ ਜਾਵਾਂਗੇ, ਗਲਾ ਫਿਰ ਜਿਹੜਾ ਵੇ ਉਸੇ ਵੇਲੇ ਠੀਕ ਹੋ ਜਾਏਗਾ। ਚਲੋ ਦੇਖਦੇ ਆ, ਜੇ ਨਾ ਠੀਕ ਹੋਇਆ ਤੇ ਕੋਈ ਗੱਲ ਨਹੀਂ, ਦੋ ਦਿਨ ਵੱਧ ਲੱਗ ਜਾਣਗੇ, ਠੀਕ ਹੋ ਜਾਏਗਾ, ਇਹ ਸਾਡਾ ਵਾਅਦਾ। ਡਿਮਾਂਡ ਹੈ ਕਿ ਜਲਦੀ ਠੀਕ ਕਰਨਾ ਤੇ ਜਲਦੀ ਤੇ ਫਿਰ ਇਸੇ ਨਾਲ ਹੀ ਹੋਗਾ। ਤੇ ਇੱਥੋਂ ਮੇਰਾ ਖਿਆਲ ਤੁਸੀਂ ਲੈ ਲਓ ਲੈਫਟ, ਇੱਥੋਂ ਅਸੀਂ ਲੈਫਟ ਸਿੱਧਾ ਜਾਣ ਨਾਲੋਂ ਖਾਣਾ ਖਾ ਕੇ ਲਕਸ਼ਮੀ ਚੌਕ ਦੇ ਵਿੱਚੋਂ ਫੂਡ ਸਟਰੀਟ ਤੋਂ ਤੇ ਅਸੀਂ ਹੁਣ ਆ ਗਏ ਆ ਜੀ ਮਾਲ ਰੋਡ ਲਾਹੌਰ। ਸ਼ਿਮਲੇ ਦਾ ਮਾਲ ਰੋਡ ਤਾਂ ਵੇਖਿਆ, ਇਹ ਸਿੱਧਾ ਹੀ ਜਨਾਬ ਸਿਗਨਲ ਵੀ ਖੁੱਲ ਗਿਆ ਜੇ ਸਾਡੇ ਆਉਂਦੇ ਆ ਸਾਰੇ। ਤੇ ਹੁਣ ਅਸੀਂ ਤੁਹਾਨੂੰ ਖਵਾਵਾਂਗੇ ਚਮਨ ਆਈਸਕ੍ਰੀਮ, ਤੇ ਜਿਹਦੇ ਨਾਲ ਅਮਰੀਕ ਬਾਈ ਦਾ ਗਲਾ ਜਿਹੜਾ ਵੇ 5 ਮਿੰਟਾਂ 'ਚ ਸੈੱਟ ਹੋ ਜਾਏਗਾ। ਨਾ ਵੀ ਹੋਇਆ ਤਾਂ ਅਸੀਂ ਕੁਛ ਕਹਿ ਨਹੀਂ ਸਕਦੇ, ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਹਾਂ। ਲੇਕਿਨ ਯਕੀਨ ਰੱਖ ਕੇ ਜੇ ਅਗਰ ਆਈਸਕ੍ਰੀਮ ਖਾਣਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਹਨਾਂ ਦਾ ਗਲਾ ਠੀਕ ਹੋ ਜਾਏਗਾ। ਕੁਛ ਹੋਵੇ ਗਲਾ ਗੁਲਾ ਖਰਾਬ ਤਾਂ ਠੰਡੀ ਚੀਜ਼ ਖਾ ਲੈਣੀ ਚਾਹੀਦੀ, ਠੰਡੀ ਚੀਜ਼ ਖਾਣੀ ਚਾਹੀਦੀ, ਇਸੇ ਲਈ ਅਸੀਂ ਹੁਣ ਤੁਹਾਨੂੰ ਆਈਸਕ੍ਰੀਮ ਖਵਾਉਣ ਲੱਗੇ ਹਾਂ। ਇੱਧਰ ਲੈਫਟ ਸਾਈਡ ਤੇ ਹਾਲ ਰੋਡ, ਹਾਲ ਰੋਡ ਮਾਰਕੀਟ ਹੈ, ਇਲੈਕਟ੍ਰੋਨਿਕਸ ਦੀ, ਮੋਬਾਈਲ ਫੋਨਾਂ ਦੀ ਔਰ ਜਿਹੜੀਆਂ ਗੱਡੀਆਂ ਦੇ ਕਾਰ ਡੈਕ ਸਿਸਟਮ ਨੇ ਇਹ ਉਹਨਾਂ ਦੀ ਮਾਰਕੀਟ ਹੈ ਸਾਰੀ। ਐਲਈਡੀਜ਼ ਦੀ, ਜਿੰਨੇ ਜਿਹੜੇ ਇਲੈਕਟ੍ਰੋਨਿਕਸ ਤੋਂ ਰਿਲੇਟਿਡ, ਸੀਸੀਟੀਵੀ ਕੈਮਰਾਸ, ਇਹ ਬਹੁਤ ਵੱਡੀ ਮਾਰਕੀਟ ਹੈ, ਹੋਲਸੇਲ ਦੀ ਮਾਰਕੀਟ ਹੈ ਜਿੱਥੇ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਡਿਲੀਵਰ ਹੁੰਦੀਆਂ ਨੇ। ਤੇ ਲਓ ਜੀ ਅਸੀਂ ਹੁਣ ਪਹੁੰਚ ਗਏ ਹਾਂ ਚਮਨ ਆਈਸਕ੍ਰੀਮ ਦਾ ਜਿਹੜਾ ਪੁਆਇੰਟ ਹੈ ਹਾਲ ਰੋਡ ਦੇ ਉੱਤੇ, ਅਸੀਂ ਬਿਲਕੁਲ ਹੈ ਲੈਫਟ ਸਾਈਡ ਦੇ ਉੱਤੇ। ਹੁਣ ਸਾਡੇ ਗਲੀ ਦੇ ਵਿੱਚ ਚਮਨ ਆਈਸਕ੍ਰੀਮ ਹੈ, ਲੇਕਿਨ ਚੂੰਕਿ ਇਸ ਟਾਈਮ ਬਹੁਤ ਜ਼ਿਆਦਾ ਰਸ਼ ਹੈ ਤੇ ਅਸੀਂ ਹਿੰਮਤ ਏਡੀ ਨਹੀਂ ਕਰ ਸਕਾਂਗੇ ਕਿ ਅੰਦਰ ਜਾਈਏ। ਅਸੀਂ ਸੋਚ ਰਹੇ ਹਾਂ ਕਿ ਗੱਡੀ ਦੇ ਵਿੱਚ ਹੀ ਜਿਹੜਾ ਨਾ ਹੁਣ ਆਈਸਕ੍ਰੀਮ ਉਹ ਮੰਗਵਾਈ ਜਾਏ। ਠੀਕ ਹੈ ਜੀ। ਤੇ ਗਿੱਲ ਸਾਹਿਬ ਮਾਰ ਰੋਡ ਉੱਤੇ ਗੱਡੀ ਪਾਰ ਕਰੀਏ। ਇਹ ਡਿੰਗਾ ਸਿੰਘ ਬਿਲਡਿੰਗ ਇਹਦਾ ਨਾਂ ਹੈ ਜੀ, ਪਾਰਟੀਸ਼ਨ ਤੋਂ ਪਹਿਲੇ ਦੀ ਹੈ। ਡਿੰਗਾ ਸਿੰਘ ਬਿਲਡਿੰਗ, ਹੁਣੇ ਤੁਹਾਨੂੰ ਇੱਥੇ ਦੱਸਨੇ ਆ, ਪੜ੍ਹ ਕੇ ਵੀ ਸੁਣਾਉਂਦੇ ਆ। ਇੱਕ ਮਿੰਟ ਲਓ ਜੀ, ਆਈਸਕ੍ਰੀਮ ਵਾਲਾ ਆ ਗਿਆ, ਕਿਹੜਾ ਤੂੰ ਚਮਨ ਵਾਲਾ ਲਿਆ ਇੱਧਰ। ਪਾਰਕਿੰਗ ਮਿਲ ਜਾਵੇ? ਪਾਰਕਿੰਗ ਨਹੀਂ ਮਿਲਣੀ ਬਾਈ, ਕਿੱਥੇ ਅੰਦਰ ਅੰਦਰ ਬਹੁਤ ਮੁਸ਼ਕਲ ਹੈ। ਕਿਹੜੇ ਫਲੇਵਰ ਦੀ ਆਈਸਕ੍ਰੀਮ ਖਾਣੀ ਹੈ ਫਟਾਫਟ ਦੱਸੋ ਬਾਈ। ਚਾਕਲੇਟ ਫਲੇਵਰ ਖਾਓਗੇ ਤੁਸੀਂ? ਕਿੰਨੀ ਕੁ ਖਾਓਗੇ, ਥੋੜੀ ਕਿ ਬਹੁਤੀ? ਨਾਰਮਲ, ਥੋੜੀ ਥੋੜੀ ਥੋੜੀ। ਗਿੱਲ ਸਾਹਿਬ ਦੋ ਦੋ ਸਕੂਪ ਅਸੀਂ ਫਿਰ ਕਰੀਏ। ਹਾਂ ਬਿਲਕੁਲ, ਥੋੜੀ ਥੋੜੀ। ਠੀਕ ਹੈ, ਲਓ ਜੀ ਚਾਕਲੇਟ ਵਾਲੀ ਇੱਕ ਕਰ ਬਾਈ। ਹਾਂਜੀ, ਇੱਕ ਚਾਕਲੇਟ। ਠੀਕ ਹੈ ਆਂਟੀ ਜੀ, ਤੁਸੀਂ ਕਿਹੜੀ ਖਾਓਗੇ? ਚਾਕਲੇਟ, ਦੋ ਚਾਕਲੇਟ ਚਿਪ ਛੋਟੇ, ਜ਼ਿਆਦਾ ਨਾ ਹੋਵੇ ਛੋਟੇ। ਠੀਕ ਹੈ, ਉਸ ਤੋਂ ਬਾਅਦ ਅਮਰੀਕ ਬਾਈ ਲਈ ਖਰੀਏ ਪਿਸਤਾ ਬਦਾਮ ਵਾਲੀ, ਮੇਰਾ ਖਿਆਲ ਇਹਨੂੰ ਖਵਾਈਏ। ਠੀਕ ਹੈ,
ਪਿਸਤਾ ਬਦਾਮ ਇੱਕ, ਪਿਸਤਾ ਬਦਾਮ ਦੋ, ਪਿਸਤਾ ਬਦਾਮ ਤਿੰਨ, ਤਿੰਨ ਪਿਸਤਾ ਬਦਾਮ ਛੋਟੇ, ਦੋ ਚਾਕਲੇਟ ਚਿਪ ਛੋਟੇ, ਕਿੰਨੀ ਦੇਰ? ਦੋ ਮਿੰਟ ਚਾਹੀਦਾ, ਟ੍ਰੈਫਿਕ ਜਾਮ ਹੋ ਗਈ ਹੈ। ਸਹੀ ਨਾ ਠੀਕ ਹੋਇਆ ਫਿਰ ਸਵੇਰੇ ਲਾਮਾ ਦੇ ਦੇ। ਲਓ ਬਈ ਚਾਕਲੇਟ ਚਿਪ ਆ ਗਈ, ਖਲੋ ਜਾ ਜ਼ਰਾ। ਲਓ ਜੀ ਚਾਕਲੇਟ ਚਿਪ ਵਨ, ਚਾਕਲੇਟ ਚਿਪ ਟੂ, ਬੋਲ ਕੇ ਜ਼ਰਾ ਰਹਿ, ਤੇਰੀ ਵੀਡੀਓ ਬਣਾ ਰਹੇ ਹਾਂ। ਇਹ ਪਿਸਤਾ ਬਦਾਮ ਲਓ ਜੀ, ਅਮਰੀਕ ਬਾਈ ਹੈ ਤੁਹਾਡੇ ਲਈ ਸਪੈਸ਼ਲ, ਇਹ ਗਿੱਲ ਸਾਹਿਬ ਤੁਹਾਡੀ, ਇਹ ਹੁਣ ਮੇਰੀ। ਆਈਸਕ੍ਰੀਮ ਆਪਾਂ ਖਾ ਲਈ ਹੈ ਅਤੇ ਹਲੇ ਅੱਧੇ ਕੁ ਜਣੇ ਖਾ ਰਹੇ ਹਾਂ ਅਤੇ ਆਪਾਂ ਅੱਗੇ ਵੱਲ ਨੂੰ ਵੱਧਦੇ ਜਾ ਰਹੇ ਹਾਂ। ਲਾਹੌਰ ਸ਼ਹਿਰ ਦੇਖਦੇ ਜਾਂਦੇ ਹਾਂ, ਰਾਤ ਦਾ ਨਜ਼ਾਰਾ ਲਾਹੌਰ ਦਾ। ਅਤੇ ਇੱਧਰ ਹੁਣ ਮਾਰਕੀਟ ਚੱਲਦੀ ਪਈ ਦੋਨੇ ਪਾਸੇ, ਦੋਨੇ ਪਾਸੇ ਮਾਰਕੀਟ। ਇਹ ਕਿਹੜੀ ਮਾਰਕੀਟ ਹੈ? ਇਹ ਮਾਲ ਰੋਡ ਦੀ ਮਾਰਕੀਟ। ਮਾਲ ਰੋਡ ਦੀ ਮਾਰਕੀਟ ਹੈ, ਠੀਕ ਹੈ। ਮਾਲ ਰੋਡ ਸ਼ਿਮਲਾ ਦੀ ਮਾਰਕੀਟ ਵੀ ਬਹੁਤ ਸੋਹਣੀ ਹੈ ਅਤੇ ਉੱਦਾਂ ਦੀ ਆਪਾਂ ਲਾਹੌਰ ਸ਼ਹਿਰ 'ਚ ਵੀ ਦੇਖ ਰਹੇ ਹਾਂ। ਇੱਧਰਲੇ ਪਾਸੇ ਦਾ ਪੂਰਾ ਦਿਨ ਚੜਿਆ ਪਿਆ ਆ। ਇੱਧਰ ਕੀ ਆ? ਪੀਸੀ ਹੋਟਲ ਹੈ ਜਿਹੜਾ ਇੱਥੋਂ ਦਾ ਸਭ ਤੋਂ ਫੇਮਸ ਹੈ, 5-star ਹੋਟਲ ਹੈ, 5-star ਹੋਟਲ ਪਰਲ ਕੰਟੀਨੈਂਟਲ। ਅੱਛਾ ਜੀ। ਤੇ ਇਹਦੇ ਵਿੱਚ ਬਸ ਇੰਟਰਨੈਸ਼ਨਲ ਸੈਲੀਬ੍ਰਿਟੀ ਸਾਰੇ ਜਿੰਨੇ ਵੀ ਲੋਕ ਆਉਂਦੇ ਨੇ ਤਕਰੀਬਨ ਉਹ ਇੱਥੇ ਕਰਦੇ। ਸੀਐਮ ਹਾਊਸ ਹੈ ਸਾਡਾ। ਅੱਛਾ, ਇੱਧਰ ਆ ਤਾਂ ਠੀਕ ਹੈ। ਇਸ ਕਰਕੇ ਵੀ ਥੋੜਾ ਜੀਪੀ ਗਰਵਾਲ ਜਦੋਂ ਆਇਆ ਸੀ ਉਹ ਵੀ ਇਸੇ ਹੋਟਲ 'ਚ ਠਹਿਰਿਆ ਸੀ। ਅੱਛਾ ਅੱਛਾ ਜੀ। ਇਹ ਫਿਰ ਅਸੀਂ ਹੁਣ ਅੱਗੇ ਨਿਕਲ ਗਏ ਹਾਂ, ਮਾਲ ਰੋਡ ਹੀ ਚੱਲਦਾ ਆ ਰਿਹਾ। ਅੱਗੇ ਲਾਹੌਰ ਸ਼ਹਿਰ ਦੀ ਜਿਹੜੀ ਮਿਡਵੇ ਵਾਲੀ ਕਨਾਲ ਆਏਗੀ, ਨਹਿਰ ਆਏਗੀ, ਨਹਿਰ ਤੋਂ ਫਿਰ ਅਸੀਂ ਸੱਜੇ ਹੱਥ ਨੂੰ ਮੁੜਾਂਗੇ ਅਤੇ ਥੋੜ੍ਹੀ ਜਿਹੀ ਨਹਿਰ ਦੀ ਤੁਹਾਨੂੰ ਸੈਰ ਕਰਾ ਕੇ ਅਤੇ ਫਿਰ ਹੋਟਲ ਵਾਲੇ ਪਾਸੇ ਚੱਲ ਰਹੇ ਹਾਂ। ਠੀਕ ਹੈ। ਲਾਹੌਰ ਤਾਂ ਵੈਸੇ ਸਾਰੀ ਰਾਤ ਨਹੀਂ ਸੌਂਦਾ, ਲੇਕਿਨ ਅਸੀਂ ਕਾਫੀ ਟਾਈਮ ਲੇਟ ਨਾਈਟ ਦੇ ਵਿੱਚ ਹੁਣ ਅਸੀਂ ਵਾਪਸ ਜਾ ਰਹੇ ਹਾਂ। ਸਾਡੇ ਮਹਿਮਾਨ ਜਿਹੜੇ ਨੇ ਯਕੀਨਨ ਫਿਰ ਫਿਰ ਕੇ ਥੱਕ ਚੁੱਕੇ ਹੋਣਗੇ, ਅਸੀਂ ਜਾ ਰਹੇ ਹਾਂ। ਨਜ਼ਰਾਂ ਥੱਕ ਨਹੀਂ ਰਹੀਆਂ ਕਿਉਂਕਿ ਇੰਨਾ ਸੋਹਣਾ ਲਾਹੌਰ ਸੁਣਿਆ ਬਹੁਤ ਸੀ, ਵੇਖਿਆ ਪਹਿਲੀ ਵਾਰ ਰਾਤ ਨੂੰ, ਪਹਿਲੀ ਵਾਰ ਵੇਖਿਆ ਅਤੇ ਰਾਤ ਨੂੰ ਵੀ ਬਹੁਤ ਸੋਹਣਾ ਲੱਗਦਾ। ਜਿਵੇਂ ਤੁਸੀਂ ਕਿਹਾ ਕਿ ਸੌਂਦਾ ਨਹੀਂ ਹੈ ਲਾਹੌਰ, ਦਿੱਲੀ ਆਪਾਂ ਜੇ ਉੱਧਰ ਕਰੀਏ ਗੱਲ ਨਾ, ਦਿੱਲੀ ਵੀ ਨਹੀਂ ਸੌਂਦਾ ਅਤੇ ਉਸੇ ਤਰ੍ਹਾਂ ਹੀ ਲਾਹੌਰ ਲੱਗ ਰਿਹਾ ਪੂਰਾ। ਬਿਲਕੁਲ ਇੰਜੇ, ਲੇਕਿਨ ਅਸੀਂ ਤੁਹਾਨੂੰ ਹਜੇ ਹੋਰ ਕਈ ਦਿਨ ਫਰਾਣਾ ਅਤੇ ਅਸੀਂ ਚਾਹ ਰਹੇ ਹਾਂ ਕਿ ਤੁਹਾਨੂੰ ਅੱਜ ਤੁਸੀਂ ਥੱਕ ਨਾ ਜਾਓ, ਇਸ ਲਈ ਬਾਕੀ ਦੀਆਂ ਜਿਹੜੀਆਂ ਸੈਰ ਕਰਨ ਵਾਲੀਆਂ ਨੇ ਉਹ ਅਸੀਂ ਕੱਲ੍ਹ 'ਤੇ ਰੱਖਾਂਗੇ। ਕੱਲ੍ਹ ਦਾ ਦੁਬਾਰਾ ਫਿਰ ਟੂਰ ਅਸੀਂ ਸ਼ੁਰੂ ਕਰਾਂਗੇ ਔਰ ਰਾਤ ਨੂੰ ਹੀ ਜਿਹੜਾ ਅਸੀਂ ਸੈਰ ਕਰਾਂਗੇ ਲਾਹੌਰ। ਕੱਲ੍ਹ ਕੁਛ ਹੋਰ ਇਲਾਕਿਆਂ ਵੱਲ ਜਾਵਾਂਗੇ ਜਿਹੜੇ ਰਹਿ ਗਈਆਂ ਨੇ। ਹਾਂਜੀ ਹਾਂਜੀ, ਚਲੋ ਠੀਕ ਹੈ ਫਿਰ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਕੱਲ੍ਹ ਫਿਰ ਨਵੀਂ ਵੀਡੀਓ 'ਚ ਮਿਲਾਂਗੇ। ਵੇਖਦੇ ਰਹੋ ਸਾਡਾ ਚੈਨਲ ਵਾਕ ਵਿਦ ਟਰਨਾ।